ਜੈ ਗੁਰੂ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਾਹ ਪੀਮ ਚਾ ਭਾਰਤ ਨਵੇਂ ਬਦਾ ਅਸਲਾਮ ਅਲੈਕਮ ਰਾਮ ਰਾਮ ਸ਼ਾਹ ਬਰਮੀ ਕੀ ਹਰ ਹਰ ਬਰਮੀ ਕੀ ਮੈਨੂੰ ਇਹਨਾਂ ਵਾਂਗੂ ਪੱਗ ਤਾਂ ਬੰਨਣੀ ਨਹੀਂ ਆਉਂਦੀ ਸਿੱਧੀ ਉਹ ਕਹਿੰਦੇ ਬਸ ਲਈਏ ਪੱਗ ਹੈ ਮੇਰੀ ਕਿਉਂਕਿ ਢਿੱਲੀਆਂ ਪੱਗਾਂ ਵਾਲੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਕਸੀਆਂ ਵਾਲੀਆਂ ਪੱਗਾਂ ਵਾਲੇ ਦੇਖੋ ਪੱਗਾਂ ਉਹਨਾਂ ਦੀਆਂ ਕਸੀਆਂ ਰਹਿੰਦੇ ਜਿਹੜੇ ਕੰਮ ਕਰਨੀ ਕਰਦੇ ਕਿਰਤੀ ਨਹੀਂ ਹੈਗੇ ਬੇਲੜ ਨੇ ਉਹਨਾਂ ਦੀਆਂ ਪੱਗਾਂ ਕਸੀਆਂ ਰਹਿੰਦੀਆਂ ਤੇ ਜਿਹੜੇ ਕਿਰਤ ਕਰਦੇ ਨੇ ਉਹਨਾਂ ਦੀ ਪੱਗ ਕਦੀ ਇੱਧਰ ਟੱਚ ਹੋ ਗਈ ਕਦੀ ਇੱਧਰ ਟੱਚ ਹੋ ਗਈ ਉਹ ਕਿਰਤ ਕਰਦਿਆਂ ਕਰਦਿਆਂ ਕੰਮਕਾਰ ਕਰਦਿਆਂ ਕਦੇ ਕਿੱਥੇ ਲੱਗ ਗਈ ਕਦੀ ਕਿੱਥੇ ਲੱਗ ਗਈ ਉਹਦੇ ਨਾਲ ਪੱਗ ਢਿੱਲੀ ਹੋ ਜਾਂਦੀ ਆ ਤੇ ਕੱਸੀਆਂ ਪੱਗਾਂ ਉਹਨਾਂ ਹੀ ਆ ਰਹੇ ਨੇ ਜਿਹੜੇ ਬੇਲੜ ਆ ਬੇਲੜ ਆ ਕੱਸੀਆਂ ਪੱਗਾਂ ਵਾਲੇ ਦਿਖਾਉਣੇ ਮੈਂ ਤੁਹਾਨੂੰ ਆ ਦੇਖਿਓ ਸਾਰੀ ਵੀਡੀਓ ਬੜੇ ਇਖਤਿਆਰ ਨਾਲ ਸੁਣਨੀ ਆ ਤੁਸੀਂ ਇੱਕ ਵੀ ਗੱਲ ਮਿਸ ਨਹੀਂ ਕਰਨੀ ਇਹ ਕੱਸੀਆਂ ਪੱਗਾਂ ਵਾਲੇ ਤੁਹਾਨੂੰ ਮੈਂ ਦਿਖਾਉਣ ਲੱਗਾ ਜਿਨ੍ਹਾਂ ਦੀਆਂ ਪੱਗਾਂ ਕਦੀ ਢਿੱਲੀਆਂ ਨਹੀਂ ਹੁੰਨੀਆਂ ਕਿਉਂ ਨਹੀਂ ਹੁੰਨੀਆਂ ਕਿਉਂਕਿ ਬੇਲੜ ਆ ਹੁਣ ਇਹਨਾਂ ਦੀ ਗੱਲ ਧਿਆਨ ਨਾਲ ਸੁਣਿਓ ਇਹ ਜਿੰਨੇ ਵੀ ਸ਼੍ਰੋਮਣੀ ਕਮੇਟੀ ਵਾਲੇ ਠੀਕ ਹੈ ਨਾ ਜਿੰਨੇ ਵੀ ਸ਼੍ਰੋਮਣੀ ਕਮੇਟੀ ਵਾਲੇ ਆ ਧਿਆਨ ਸੌਣ ਲਿਓ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਆ ਲਭ ਕੁੱਤਾ ਲੋਭ ਦੇ ਵਿੱਚ ਆ ਕੇ ਲਭ ਕੁੱਤਾ ਲੋਭ ਦੇ ਵਿੱਚ ਆ ਕੇ ਸਤਗੁਰੂ ਦਾਸ ਮਹਾਰਾਜ ਦੇ ਗੁਰਦਾਰੇ ਦੇ ਉੱਤੇ ਕਬਜ਼ਾ ਕਰ ਲ ਗਏ ਲੋਭ ਦੇ ਵਿੱਚ ਆ ਕੇ ਲਭ ਕੁੱਤਾ ਹੋਏ ਕਿ ਨਹੀਂ ਕੁੱਤੇ ਮੈਂ ਨਹੀਂ ਕਹਿ ਰਿਹਾ ਲੋਭ ਦੇ ਵਿੱਚ ਆ ਕੇ ਕੀ ਗੱਲ ਸ਼੍ਰੋਮਣੀ ਕਮੇਟੀ ਕੋ ਕਟਿਆ ਜ਼ਮੀਨ ਜਾਇਦਾਦ ਹੈ ਨਹੀਂ ਕਿਹੜੀ ਚੀਜ਼ ਨਹੀਂ ਹੈਗੀ ਸੋਣ ਵੀ ਕਹਿੰਟੀ ਕੋ ਲੇਕਿਨ ਲੋਭ ਦੇ ਵਿੱਚ ਆ ਕੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਠੱਗੀ ਦੇ ਨਾਲ ਕੇਸਾਂ ਦੇ ਵਿੱਚ ਫੈਸਲੇ ਕਰ ਕਰਕੇ ਖੇਸਾਂ ਦੇ ਵਿੱਚ ਲਿਆ ਲਿਆ ਕੇ ਕਦੀ ਕਿਸੇ ਦਾਲ ਚ ਕਦੀ ਕਿਸੇ ਦਾਲਤ ਦੇ ਵਿੱਚ ਕਦੀ ਕਿਸੇ ਡੀਸੀ ਕੋ ਕਦੀ ਕਿਸੇ ਡੀਸੀ ਕੋ ਲੋਕਾਂ ਨੂੰ ਪਰੇਸ਼ਾਨ ਔਰ ਬੇਫਿਕੂ ਬਣਾਉਂਦੇ ਨੇ ਲੱਭ ਕੁੱਤਾ ਕੂੜ ਚੂੜਾ ਮੇਰੀ ਪਾਗਟ ਲਈ ਆ ਸਾਹ ਸੰਗ ਜੀ ਇਹ ਕੱਸੀਆਂ ਪੱਗਾ ਵਾਲੇ ਦਿਖਾਉਣ ਲੱਗਾ ਤੁਹਾਨੂੰ ਕਰਤੂਤ ਕਰਮਾਂ ਦੇ ਨਾਲ ਸਿੱਖ ਬਣਿਆ ਜਾਂਦਾ ਨਾ ਕਿ ਢੋਂਗੀਆਂ ਬਾਣੇ ਦੇ ਨਾਲ ਕੋਈ ਸਿੱਖ ਨਹੀਂ ਬਣ ਸਕਦਾ ਕਰਤੂਤਾਂ ਦੇ ਨਾਲ ਸਿੱਖ ਬਣਿਆ ਜਾਣਾ ਸੁਣੋ ਧਿਆਨ ਦੇ ਨਾਲ ਚੰਗੀ ਤਰ੍ਹਾਂ ਸੁਣਨੀ ਆ ਤੁਸੀਂ ਗੱਲਾਂ ਇਹਨਾਂ ਦੀਆਂ ਵੀ ਕੀ ਕਹਿੰਦੇ ਆ ਜੇ ਆਵਾਜ਼ ਤੁਹਾਨੂੰ ਠੀਕ ਆਈ ਰਹੇ ਦੱਸ ਦਿਓ ਜੇ ਕੋਈ ਗਲਬਾਤ ਹੋਈ ਤਾਂ ਮੈਨੂੰ ਤਾਵੇਂ ਦੱਸ ਦਿਓ ਹਾਂ ਆ ਸੁਣਿਓ ਧਿਆਨ ਦੇ ਨਾਲ ਹੁੱਲੜਵਾਜਾਂ ਨੇ ਹੁੱਲੜਵਾਜੀ ਕੀਤੀ ਆ ਇਹ ਸਾਨੂੰ ਹੁੱਲੜਵਾਜੀ ਕਹਿ ਰਿਹਾ ਜੀ ਅਸੀਂ ਰੋਕਿਆ ਕਰਕੇ ਇਹਨਾਂ ਨੂੰ ਉਸਤਾਰ ਨਾਲ ਦੱਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਗਾ ਨਾਨਕ ਸਰ ਵੱਲੋਂ ਕੇਸ ਵੱਖ-ਵੱਖ ਉਹ ਆਸਾਨ ਹੀ ਆ ਰਿਹਾ ਨੂੰ ਹਿਸਾਬ ਲਾ ਲਓ ਕਦੀ ਕੋਈ ਮਿਹਨਤ ਕੀਤੀ ਹੋਵੇ ਇਹਨਾਂ ਲੋਕਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੋਲਦਿਆਂ ਨੂੰ ਵੀ ਸਾਹ ਜੜ ਰਿਹਾ ਕਿਉਂਕਿ ਸਾਹ ਫੋਲਰ ਇਹਨਾਂ ਨੂੰ ਪਤਾ ਆ ਕਿ ਪੰਗਾ ਬਣ ਗਿਆ ਸਭ ਤੋਂ ਸਿਵਲ ਕੋਰ ਥੋੜੇ ਧਿਆਨ ਨਾਲ ਜੇ ਸਭ ਤੋਂ ਪਹਿਲਾਂ ਜਿਹੜੀ ਸੇਵਾ ਸੂਟ ਨੰਬਰ 168 ਉਮੀਦੀ 5 11 2008 ਨੂੰ ਪਾਈ ਗਈ ਸੀ ਜਿਸ ਦਾ ਫੈਸਲਾ 4 1 2011 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕ ਦੇ ਵਿੱਚ ਮਾਨ ਜੋਗ ਜੈਤ ਸਿੰਘ ਸਾਹਿਬ ਨੇ ਕੀਤਾ ਉਸ ਤੋਂ ਬਾਅਦ ਬੁੰਗਾ ਨਾਨਕ ਸਰ ਵੱਲੋਂ ਅਪੀਲ ਪਾਈ ਗਈ 4 1 2011 ਨੂੰ ਅਪੀਲ ਪਾਈ ਗਈ ਜਿਸ ਦਾ ਫੈਸਲਾ ਸੈਸ਼ਨ ਜੱਜ ਮਾਨ ਜੋਗ ਤੋਂ ਮੈਂ ਬੇਨਤੀ ਕਰਦਾ ਹਾਂ ਬੁਲਾ ਰਿਹਾ ਹਾਂ ਇਹ ਕਹਿ ਰਿਹਾ ਜੀ ਭਾਈ ਸਾਹਿਬ ਕਹਿ ਰਹੇ ਆ ਕਿ ਸ਼੍ਰੋਮਣੀ ਕਮੇਟੀ ਨੇ ਕੇਸ ਕੀਤਾ ਧਿਆਨ ਕਰਿਓ ਇਹ ਕਿਨਨ ਸ਼੍ਰੋਮਣੀ ਕਮੇਟੀ ਨੇ ਕੇਸ ਕੀਤਾ ਹੁਣ ਇਹਨਾਂ ਨੂੰ ਮੈਂ ਪ੍ਰਬੰਧਕ ਜਿਹੜੀ ਸ਼੍ਰੋਮਣੀ ਕਮੇਟੀ ਆ ਪ੍ਰਬੰਧਕ ਕਮੇਟੀ ਆ ਇਹਨਾਂ ਨੂੰ ਮੈਂ ਇੱਕ ਸਵਾਲ ਕਰਦਾ ਮੈਂ ਤੈਨੂੰ ਸਵਾਲ ਪੁੱਛਦਾ ਆ ਕਿ ਸ਼੍ਰੋਮਣੀ ਕਮੇਟੀ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਨਾਂ ਤੇ ਕੇਸ ਕੀਤਾ ਤੁਸੀਂ ਕੌਣ ਨੇ ਉਹ ਚੋਰਿਆ ਚੋਰੀ ਕੀਤੀ ਕੋ ਇਹਨਾਂ ਨੇ ਮੇਰਾ ਤੈਨੂੰ ਸਵਾਲ ਆ ਤੁਸੀਂ ਕੇਸ ਕੀਤਾ ਕਿਉਂ ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਮੰਨਦੇ ਕੀ ਉਹ ਸਿੱਖ ਨਹੀਂ ਹੈਗੇ ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਕਰਦੇ ਤੇ ਅੱਡੇ ਵਾਂਗੂ ਬੇਲੜ ਬਹਿ ਕੇ ਖਾਂਦੇ ਆ ਤੁਸੀਂ ਕੇਸ ਕੀਤਾ ਕਿਉਂ ਮੇਰਾ ਸਵਾਲ ਹੈ ਤੈਨੂੰ ਤੁਸੀਂ ਕੇਸ ਕੀਤਾ ਕਿਉਂ ਤੁਹਾਡੇ ਪੇ ਦੀ ਜ਼ਿਆਦਾ ਤੇ ਉਹ ਸਾਡੇ ਪੇ ਦੀਆ ਅਸੀਂ ਤੱਕੇ ਨਾ ਕਹਿ ਸਕਦੇ ਸਾਡੇ ਪੇ ਦੀਆ ਹਾਂ ਉਹਦੀ ਬਾਣੀ ਤੋਂ ਹੋਇਆ ਬਜਟ ਇਕੱਠਾ ਉਹਦੇ ਨਾਲ ਤੁਸੀਂ ਠੰਡਾ ਕਰਦੇ ਹੋ ਤਾਂ ਫਿਰ ਤੁਸੀਂ ਅਦਾਲਤਾਂ ਦੇ ਵਿੱਚ ਗਰੀਬਾਂ ਤੇ ਕੇਸ ਕਰਦੇ ਹੋ ਸੁਣੋ ਇਹਨਾਂ ਨੂੰ ਧਿਆਨ ਦੇ ਨਾਲ ਮੇਰਾ ਸਵਾਲ ਹੈ ਤੁਹਾਨੂੰ ਤੁਸੀਂ ਕੇਸ ਕੀਤਾ ਕਿਉਂ ਅੱਜ ਤੱਕ ਕਿਸੇ ਬ੍ਰਾਹਮਣ ਤੇ ਕੇਸ ਨਹੀਂ ਕੀਤਾ ਤੁਸੀਂ ਰਵਦਾਸੀਆਂ ਤਾਂ ਕਿਉਂ ਕੀਤਾ? ਬਾਬਾ ਧੀਰ ਸਿੰਘ, ਬਾਬਾ ਵੀਰ ਸਿੰਘ ਦੀ ਨਾਲ ਜਗਾ ਤੇ ਕਬਜ਼ਾ ਕਿਉਂ ਕੀਤਾ ਤੁਸੀਂ? ਸੁਣਿਆ ਨਹੀਂ ਕਦੀ ਤੁਸੀਂ ਕਿਸੇ ਬ੍ਰਾਹਮਣ ਦੇ ਕੀਸ ਕੀਤਾ ਹੋਵੇ ਸ੍ਰੋਣੀ ਕੁਟੀ ਨੇ? ਬ੍ਰਾਹਮਣ ਦਾ ਛੱਤਰ ਚੜਦੇ ਹੋ? ਮੈਂ ਉਹਨਾਂ ਬ੍ਰਾਹਮਣਾਂ ਦੀ ਗੱਲ ਕਰ ਰਿਹਾ ਹਾਂ। ਮੈਂ ਉਹਨਾਂ ਬ੍ਰਾਹਮਣਾਂ ਦੀ ਗੱਲ ਕਰ ਰਿਹਾ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਮਾ ਉਹਨਾਂ ਬ੍ਰਾਹਮਣਾਂ ਦੀ ਗੱਲ ਕਰ ਰਹੇ ਆ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਪੱਗਾਂ ਦੇ ਵਿੱਚ ਸਿਰ ਫਸਾ ਕੇ ਬੈਠੇ ਹੋਏ ਧਿਆਨ ਨਾਲ ਸੁਣੇ ਰਾ ਕੀ ਕਹਿੰਦੇ ਆ ਕਰ ਤੂੰ ਸੁਣ ਲਓ ਸਾ ਸੰਗਤ ਜੀ ਫੇਰ ਲੈਟ ਹੋ ਜਾਣਾ ਤੁਸੀਂ ਆਪ ਦੇ ਵਿੱਚ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਸਪਸ਼ਟ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਨੇ ਸਰਬਾਈ ਨੂੰ ਮਿਲ ਚੁੱਕਾ ਸੋ ਇਹ ਤਾਂ ਕੇਸ ਦਾ ਜਿਹੜਾ ਹੈਗਾ ਜੋ ਫੈਸਲੇ ਵੱਖ-ਵੱਖ ਕੋਰਟਾਂ ਦੇ ਵਿੱਚ ਚੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਤੇ ਗਏ ਔਰ ਜੋ ਅਦਾਲਤਾਂ ਨੇ ਫੈਸਲੇ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵੀਕਾਰ ਕੀਤੇ ਇਹ ਜਗਾ ਸੀ ਜੀ ਜਿਹੜੇ ਕੇਸ ਚੱਲੇ ਰਹੂ 15 ਕਨਾਲਾਂ 14 ਮਰਲਾਂ ਦਾ ਕੇਸ ਜਿਹੜਾ ਚੱਲਿਆ ਬੂੰਗਾ ਨਲਕਸਰ ਦਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੱਕ ਦੇ ਵਿੱਚ ਵੱਖ-ਵੱਖ ਕੋਟਾ ਦੇ ਵਿੱਚ ਹੋਇਆ ਮੈਂ ਹੁਣ ਇੱਥੇ ਇੱਥੇ ਤਿਆਰ ਰੱਖਿਓ ਸਰਸੰਗਤ ਜੀ ਇੱਥੇ ਤਿਆਰ ਰੱਖਿਓ ਪੱਤਰਕਾਰਾਂ ਨੂੰ ਸਵਾਲ ਪੁੱਛ ਰਿਹਾ ਵੀ ਜਗਾ ਦਾ ਰੌਲਾ ਕੀ ਆ ਵੀ ਜਗਾ ਕਿਹਦੀ ਆ ਉਹ ਮੋਰੇ ਉਹਦਾ ਦਸ ਕੱਡਾ ਕੱਡਾ ਬੇਈਮਾਨ ਆ ਕੱਡਾ ਬੇਈਮਾਨ ਆ ਇਹ ਬੇਈਮਾਨਾਂ ਨੂੰ ਪਤਾ ਨਹੀਂ ਕਿੱਥੋਂ ਢੋਈ ਮਿਲਣੀ ਆ ਐਦਾਂ ਦੇ ਨੂੰ ਐਦਾਂ ਦੇ ਨੂੰ ਸਰਵਾਉਣੀ ਪੰ ਪਹਿਲਾਂ ਇਹ ਅਕਾਲੀ ਦਲ ਦੀ ਇਲੈਕਸ਼ਨ ਹਾਰ ਚੁੱਕਾ ਆ ਇਹ ਬੰਦਾ ਠੀਕ ਹੈ ਨਾ ਅੱਛਾ ਹੁਣ ਤਿਆਰ ਕਰਿਓ ਵੇ ਉਹਨੇ ਸਵਾਲ ਕਿਹੜਾ ਕੀਤਾ ਤੂੰ ਜਵਾਬ ਕੀ ਦੇ ਰਿਆਂ ਉਹਨੂੰ ਸ਼ਰਮ ਨਹੀਂ ਆਉਦੀ ਤੁਹਾਨੂੰ ਝੂਠ ਬੋਲਦੇ ਆਨੂੰ ਸ਼ਰਿਆਮ ਦੱਸੋ ਵੀ ਉਹ ਕਿਹਨਾਂ ਦੀ ਗੱਲ ਸਾਧ ਸੰਗਤ ਜੀ ਮੈਂ ਤੁਹਾਨੂੰ ਬਾਰ ਬਾਰ ਦੱਸ ਚੁੱਕਾ ਆਂ ਕਿ ਬਾਬਾ ਧੀਰ ਸਿੰਘ ਜੀ ਬਾਬਾ ਵੀਰ ਸਿੰਘ ਜੀ ਮੱਝ ਵੀ ਸਿੱਖਾਂ ਦਾ ਬੁੰਗਾ ਵੱਖਰਾ ਸੀ ਰਵਦਾਸੀਆਂ ਦਾ ਵੱਖਰਾ ਸੀ ਇਹ ਜਿਹੜੇ ਲੋਗ ਆ ਹੁਣ ਉਥੇ ਪੱਤਰਕਾਰ ਨੇ ਇਹਨੂੰ ਸਵਾਲ ਕੀਤਾ ਆ ਵੀ ਭਾਈ ਸਾਹਿਬ ਦੱਸੋ ਰੌਲਾ ਕੀ ਸੀ ਉਹਨੂੰ ਮੋਰੇ ਕਹੀ ਜਾਂਦਾ ਫਰਾਨੀ ਜਗ੍ਹਾ ਕਮੇਟੀ ਨੇ ਕੇਸ ਕੀਤਾ ਫਰਾਨੀ ਜਗ੍ਹਾ ਕੇਸ ਕੀਤਾ ਉਹ ਤੁਸੀਂ ਕੇਸ ਕੀਤਾ ਕਿਉਂ ਰਬਦਾਸੀਆ ਸਿੱਖ ਨਹੀਂ ਹੈਗਾ ਬਿਸ਼ਰਮੋ ਮੇਰਾ ਸ਼੍ਰੋਮਣੀ ਕਮੇਟੀ ਨੂੰ ਸਵਾਲਿਆ ਮਾਜੀ ਵੀ ਸਿੱਖ ਨਹੀਂ ਹੈਗਾ ਰਬਦਾਸੀਆ ਸਿੱਖ ਨਹੀਂ ਹੈਗਾ ਬਾਬਾ ਧੀਰ ਸਿੰਘ ਜੀ ਬਾਬਾ ਵੀਰ ਸਿੰਘ ਜੀ ਸਿੱਖ ਨਹੀਂ ਹੈਗਾ ਠਾਡਾ ਬਹਿ ਗਿਆ ਬੇੜਾ ਠਾਡਾ ਬਿਸ਼ਰਮੋ ਸਾਹ ਤੈਨੂੰ ਚੜਿਆ ਹੋਇਆ ਹੁਣ ਸੁਣੋ ਇਹਨਾਂ ਹੋਰ ਕੀ ਕਹਿੰਦੇ ਆ ਕੀ ਹੋਇਆ ਜਦੋਂ ਫੇਮੇ ਬਜ਼ਾਸਤ ਨਹੀਂ ਕਰੂਗੀ ਤਾਂ ਸਾਹਿਬ ਦੀ ਕੰਦ ਦੇ ਨਾਲ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਇੱਕ ਐਪਲੀਕੇਸ਼ਨ ਦਿੱਤੀ ਕਿ ਸਮਝੌਤੇ ਦੇ ਤਹਿਤ ਜ਼ਮੀਨ ਜਿਹੜੀ 15 ਕਨਾਲਾ 14 ਮਰਲੇ ਸਤਕਾਰ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਕਿ ਸਾਡੇ ਨਾਲ ਬੈਠ ਕੇ ਇਹਦੀ ਕੀਤੀ ਜਾਵੇ। ਔਰ ਸਿੰਘ ਸਾਹਿਬ ਵੱਲੋਂ ਕਾਰਵਾਈ ਹਿਤ ਭੇਜੀ ਤੀ ਐਪਲੀਕੇਸ਼ਨ ਜਿਸ ਦਾ ਫੈਸਲਾ ਆਇਆ ਜੋ ਇਹਨਾਂ ਨੇ ਇੱਕ ਵੈਕੀ ਬਣਾਈ ਮੁੰਗਾ ਨਾਨਕ ਸਾਹਿਬ ਅਮਰਦਾਸ ਸਿੰਘਾ ਜੋ ਕਿ ਕੁਮੇਟੀ ਦੀ ਐਪਲੀਕੇਸ਼ਨ ਆਫ ਦੀ ਲੈਟਰਪੈਡ ਤੇ ਦਿੱਤੀ ਗਈ ਔਰ ਜਿਉ ਜੋ ਗੱਲਬਾਤ ਕਰਨਗੇ ਇਹਨਾਂ ਵੱਲੋਂ ਨਾਮਜਦ ਬੰਦੇ ਕੀਤੇਗੇ ਪ੍ਰਧਾਨ ਲਜਾਨ ਚੀ ਜੋ ਵੀ ਇਹਨਾਂ ਦੇ ਉਧੇਦਾਰ ਸੀਗੇ ਉਹ ਆਪਣੀ ਲੈਟਰਪੈਡ ਦੇ ਉੱਤੇ ਇਹਨਾਂ ਨੇ ਨਾਮ ਬਕਾਇਦਾ ਮੋਬਾਈਲ ਨੰਬਰ ਪਾ ਕੇ ਦਿੱਤੇਗੇ ਜੋ ਕਿ ਸਾਡੇ ਨਾਲ ਵੱਖ-ਵੱਖ ਕੋਰਟਾਂ ਦੇ ਵਿੱਚ ਕੇਸ ਝਗੜ ਰਹੇ ਸੀ ਉਹੀ ਇਹ ਆਦਮੀ ਸੀ ਉਸ ਤੋਂ ਬਾਅਦ ਸੇ ਸਾਫ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤੁਨੂਜੀ ਨੂੰ ਪੱਤਰ ਭੇਜਿਆ ਜਿਨ੍ਹਾਂ ਨੇ ਸਾਡੀ ਸਬ ਕਮੇਟੀ ਬਣਾਈ ਗਈ ਜਿਹਦੇ ਵਿੱਚ ਸਰਦਾਰ ਨਵਤੇਜ ਸਿੰਘ ਜੀ ਕੌਣੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਅਮਰੀਕ ਸਿੰਘ ਜੀ ਕੋਰਛਵੀਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਸਬ ਕਮੇਟੀ ਬਣਾਤੀ ਕਿ ਇਹਨਾਂ ਨਾਲ ਗੱਲਬਾਤ ਕਰਕੇ ਫੈਸਲਾ ਕੀਤਾ ਜਾਵੇ ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਜਿਹਦੇ ਵਿੱਚ ਜਿਮਨੀ ਆਰਡਰ ਵੀ ਪਏ ਪ੍ਰਸ਼ਾਸਨ ਦੇ ਸਰਕਾਰ ਜੋ ਐਸਡੀਐਮ ਸਾਹਿਬ ਵੀ ਬੈਠੇ ਤਹਿਸੀਲਦਾਰ ਸਾਹਿਬ ਵੀ ਬੈਠੇ ਨਵੇਂ ਤਹਿਸੀਲਦਾਰ ਸਾਹਿਬ ਵੀ ਬੈਠੇ ਐਸਡੀਐਮ ਸਾਹਿਬ ਵੀ ਆਪਣੇ ਡੀਐਸਪੀ ਸਾਹਿਬ ਵੀ ਬੈਠੇ ਸੋ ਉਹਨਾਂ ਨੇ ਆਪਣੇ ਜਿਮਨੀ ਆਰਡਰ ਵੀ ਪਾਏਗੇ ਵੱਖ-ਵੱਖ ਕਾਫੀ ਮੀਟਿੰਗਾਂ ਹੋਈਆਂ ਸਿੱਟਾ ਇਹ ਹੋਇਆ ਉਸ ਤੋਂ ਬਾਅਦ ਕੇਸ ਜਿਹੜਾ ਉਸ ਤੋਂ ਬਾਅਦ ਕੇਸ ਜਿਹੜਾ ਅਸੀਂ ਫੈਸਲੇ ਤੇ ਲੱਗੇ ਜੋਕੇ ਬੁੰਗਾ ਬੁੰਗਾ ਨਾਨਕ ਸਰ ਨਾਲ ਜੋ ਫੈਸਲਾ ਹੋਇਆ ਉਥੇ ਸਬ ਕਮੇਟੀ ਨੇ ਕੀਤਾ 15 ਕਨਾਲਾ 14 ਮਰਲੇ ਦਾ ਇਹ ਫੈਸਲਾ ਹੋਇਆ ਕਿ ਇਹ ਜਗ੍ਹਾ ਜਿਹੜੀ ਇਹ ਖਾਲੀ ਕਰਵਾਈ ਜਾਵੇ ਕਿਉਂਕਿ ਤਖਤ ਸਾਹਿਬ ਦੇ ਜਮਾਂ ਨਾਲ ਲੱਗਦੀ ਜਗ੍ਹਾ ਇਹ ਉਥੇ ਹੋਰ ਬਹੁਤ ਸਾਰੇ ਕਾਰਜ ਆਪਾਂ ਕਰਨੇ ਨੇ ਇਹਨਾਂ ਨੂੰ ਇੱਕ ਸਾਈਡ ਤੇ ਉੱਤੀ ਇਸੇ ਜਗ੍ਹਾ ਦੇ ਵਿੱਚੋਂ ਨੋਟ ਕਰਿਓ ਨੋਟ ਕਰਿਓ ਹੋਰ ਕਾਰਜ ਕਰਨੇ ਨੇ ਤਖਤ ਸਾਹਿਬ ਤੇ ਰਵਦਾਸ ਮਹਾਰਾਜ ਜੀ ਦੀ ਜਿਹੜੇ ਪੁਰਖਿਆਂ ਨੇ ਸਾਡਿਆਂ ਨੇ ਸਾਡੇ ਕੋ ਪੇਪਰ ਵਾਏ ਨੇ ਜਿਹੜੇ ਪੁਰਖਿਆਂ ਨੇ ਸਾਡੇ ਆਪਣਾ ਖੂਨ ਡੋਲ ਕੇ ਜਗਾ ਨੂੰ ਬਚਾਇਆ ਔਰ ਜੇਸ ਵੇਲੇ ਇਹ ਉਹ ਜਗਾ ਆ ਪਤਾ ਕਿਹੜੀ ਜੇਸ ਜਗਾ ਤੇ ਜਦੋਂ ਸਾਡੇ ਪੁਰਖੇ ਚੂੜੇ ਚਮਾਰ ਮੈਂ ਸਿੱਧੀ ਗੱਲ ਕਹਿਣਾ ਕਿ ਕੋਈ ਦੁੱਖ ਲੱਗਣਾ ਇਹਨਾਂ ਨੂੰ ਚੂੜੇ ਚਮਾਰ ਜਦੋਂ ਜਾਂਦੇ ਸੀ ਤਾਂ ਇਹ ਅੰਦਰ ਮੱਥਾ ਨਹੀਂ ਟੇਕਣ ਦੇਦੇ ਸਾਨੂੰ ਸਾਡੇ ਪੁਰਖਿਆਂ ਨੂੰ ਸਾਈਡ ਤੇ ਬਹਿਣਾ ਪੈਂਦਾ ਸੀ ਆ ਕੇ ਸਾਡੇ ਪੁਰਖਿਆਂ ਨੇ ਜਗਾ ਉਸ ਵੇਲੇ ਬਣਾਈ ਸੀ ਗੁਰਦੁਆਰਾ ਉਸ ਵੇਲੇ ਬਣਾਇਆ ਸੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਮੀਂਹ ਕਣੀ ਆ ਜਾਂਦਾ ਸੀ ਬੈਠਾਂਗੇ ਕਿੱਥੇ ਇਹ ਬੁੰਗੇ ਉਦੋਂ ਬਣੇ ਹੋਏ ਆ ਆ ਜਿਹੜੇ ਮੋਰੇ ਬਹਿ ਕੇ ਗੱਲਾਂ ਕਰਦੇ ਨਾ ਆ ਜਿਹੜੇ ਮੋਰੇ ਬਹਿ ਕੇ ਗੱਲਾਂ ਕਰਦੇ ਸਿਰੇ ਤੇ ਝੂਠੇ ਬੰਦੇ ਝੂਠੇ ਬੰਦੇ ਔਰ ਗੁਰੂ ਦੇ ਬਾਣੇ ਦੇ ਵਿੱਚ ਲੁਕੇ ਹੋਏ ਲੋਕ ਗੁਰੂ ਦੇ ਬਾਣੇ ਦੇ ਵਿੱਚ ਲੁਕੇ ਹੋਏ ਲੋਕ ਸੁਣੋ ਹਾਂਜੀ ਸੁਣੋ ਅਸੀਂ ਫੈਸਲਾ ਇੱਕ ਕਨਾਲ ਤੋਂ ਚੱਲੇ ਤਿੰਨ ਕਨਾਲਾਂ ਦਾ ਫੈਸਲਾ ਇਹਨਾਂ ਨਾਲ ਸੱਟਾ ਹੋ ਗਿਆ ਕਿ ਬਹੁਤ ਕੀਮਤੀ ਜਗਾ ਤਿੰਨ ਕਨਾਲਾਂ ਨੇੜੇ ਰੋੜ ਦੇ ਉੱਪਰ ਲੱਗਦੀ ਆ ਉਹਦੇ ਉੱਤੇ ਦਿੱਤਾ ਜਾਵੇ ਔਰ ਨਾਲ ਹੀ ਇਹਨਾਂ ਦੀ şart ਸੀ ਕਿ ਅਸੀਂ ਗੁਰਦੁਆਰਾ ਸਾਹਿਬ ਬਣਾਉਣਾ ਨਾਲ ਹੀ ਸਤਕਾਰਜੋ ਸਿੰਘ ਸਾਹਿਬ ਜੀ ਨੇ ਕਿਹਾ ਤਾਂ ਕਿ 50 ਲੱਖ ਰੁਪਈਆ ਇਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਸਾਰੀ ਵਾਸਤੇ ਦਿੱਤਾ ਜਾਵੇ ਅਸੀਂ ਉਹ ਵੀ ਸਵੀਕਾਰ ਕਰ ਲਿਆ ਉਸ ਤੋਂ ਬਾਅਦ 50 ਲੱਖ ਰੁਪਈਆ ਤੇ 3 ਕਨਾਲਾ ਬਾਹਰ ਦੇਣੀ ਜਗਾ ਨੋਟ ਕਰਿਓ ਇਹ ਗੱਲ 50 ਲੱਖ ਰੁਪਈਆ ਦੇ ਕੇ ਤੁਹਾਡੇ ਪੁਰਖਿਆਂ ਦਾ ਇਤਿਹਾਸ ਜਿਹੜਾ ਇਹਨਾਂ ਗੁੰਡਿਆਂ ਨੇ ਗੁੰਡਾਗਰਦੀ ਕੀਤੀ ਆ ਤੁਹਾਡੇ ਪੁਰਖਿਆਂ ਦੇ ਨਾਲ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਬਣ ਨਹੀਂ ਦਿੱਤਾ ਉਹ ਵਿਚਾਰੇ ਬਾਹਰ ਬਹਿ ਕੇ ਗੁਰੂ ਘਰ ਦੇ ਬਾਹਰ ਬਹਿ ਕੇ ਆਪਣੀਆਂ ਸਲਾਹਾਂ ਕਰਦੇ ਸੀ ਸਿੱਖੀ ਨਹੀਂ ਛੱਡੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡਿਆ ਆਪਣੀਆਂ ਜਿਹੜੀਆਂ ਜਿਹੜੀਆਂ ਕੰਮਕਾਰ ਸੀ ਕਰਦੇ ਰਹਿ ਸਿੱਖੀ ਨੂੰ ਨਿਭਾਉਦੇ ਰਹਿ ਪਰ ਇਹਨਾਂ ਗੁੰਡਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ ਲੱਗਦੇ ਸਾਡੇ ਪੁਰਖਿਆਂ ਨੂੰ ਇਹ ਨਿਸ਼ਾਨੀਆਂ ਆ ਜਿਹੜੀਆਂ ਮਟਾਉਣ ਤੇ ਲੱਗੇ ਹੋਏ ਆ ਸੁਣੋ ਧਿਆਨ ਦੇ ਨਾਲ ਯਾਦ ਰੱਖਿਓ ਜੇ ਤੁਹਾਡੀਆਂ ਤੁਹਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਮਟਾਤੀਆਂ ਇੱਕ ਗੁੰਡੇ ਲੋਗ ਨੇ ਜਿੱਦਾਂ ਬ੍ਰਾਹਮਣ ਦੇ ਦੁਆਪਰ ਆਇਆ ਦੁਆਪਰ ਆਇਆ ਪੂਜਾ ਹੋਈ ਯਾਦ ਰੱਖਿਓ ਸਤਜੁਗ ਸਤ ਦੁਆਪਰ ਪੂਜਾ ਚਾਰ ਸਤਗੁਰੂ ਜੀ ਦੇ ਸ਼ਬਦ ਲਿਖਿਆ ਹੋਇਆ ਉਹ ਜਿੱਦਾਂ ਯੁਗ ਆਏ ਉਦਾਂ ਹੀ ਉਦਾਂ ਹੀ ਜਿੱਦਾਂ ਲੋਕਾਂ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਆਵੇ ਸਿਆਣੇ ਹੋ ਰਿਹਾ ਲੋਕ ਠਾਡੇ ਪੁਰਖਿਆਂ ਦਾ ਇਤਿਹਾਸ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਲੋਕੋ ਯਾਦ ਰੱਖਿਓ ਕਬੀਰ ਸਾਹਿਬ ਨਾਮਦੇਵ ਜੀ ਸਦਨਾ ਜੀ ਸੈਨ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਆ ਨਾਮਦੇਵ ਜੀ ਨੇ ਜਿਹੜੇ ਲੋਕ ਇਤਿਹਾਸ ਮਟਾਉਣ ਦੀ ਕੋਸ਼ਿਸ਼ ਕਰ ਰਹੇ ਸੁਣੋ ਧਿਆਨ ਦੇ ਨਾਲ ਤਿੰਨ ਕਨਾਲਾ ਤੁਹਾਨੂੰ ਦੇ ਕੇ 50 ਲੱਖ ਰੁਪਇਆ ਦੇ ਕੇ ਤੁਹਾਨੂੰ ਬਾਹਰ ਕੱਢ ਕੇ ਮਾਰਨਾ ਇਹਨਾਂ ਲੋਕਾਂ ਨੇ ਤਾਂ ਤੁਹਾਡੇ ਪੁਰਖਿਆਂ ਦਾ ਇਤਿਹਾਸ ਸੈਨੈਚ ਕਰਦਣਾ ਪਤਾ ਹੀ ਨਹੀਂ ਲੱਗਣਦਾ ਨਾ ਵੀ ਇਹਨਾਂ ਲੋਕਾਂ ਨੇ ਸਾਡੇ ਪੁਰਖਿਆਂ ਨਾਲ ਗੁੰਡਾਗਰਦੀ ਕੀਤੀ ਆ ਜਿੰਨਾ ਚਿਰ ਤੁਸੀਂ ਨਹੀਂ ਸਮਝਦੇ ਉਹਨਾਂ ਚਿਰ ਤੁਹਾਨੂੰ ਪਤਾ ਨਹੀਂ ਲੱਗਣਾ ਸੁਣੋ ਜਰਾ ਧਿਆਨ ਦੇ ਨਾਲ ਕੀ ਕਹਿੰਦੇ ਆ ਇਹ ਕਿ ਜਿਹੜਾ ਮਲਬਾ ਇਸ ਗੁਰਦੁਆਰਾ ਸਾਹਿਬ ਦੇ ਬਿਲਡਿੰਗ ਦੇ ਵਿੱਚੋਂ ਨਿਕਲਣਾ ਉਹ ਮਲਬਾ ਵੀ ਇਹਨਾਂ ਨੂੰ ਚੁਕਾਇਆ ਜਾਵੇ ਇਹਨਾਂ ਦੀ ਮਲਬਾ ਉਤਸਾਰ ਅਸੀਂ ਉਹ ਵੀ ਪ੍ਰਮਾਣ ਕੀਤਾ ਉਤਮਤ ਸਤਕਾਰ ਜੋ ਸਿੰਘ ਸਾਹਿਬ ਜੀ ਨੇ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਕੱਲਾ ਇੱਥੋਂ ਤੱਕ ਹੀ ਸੀਮਤ ਨਹੀਂ ਕਿ ਜਿਹੜਾ ਵੀ ਮਲਬਾ ਜੋ ਵੀ ਤੁਹਾਡੇ ਕੋਲੇ ਸਮਗਰੀ ਘਟੂਗੀ ਚਾਹੇ ਉਹ ਸਰਜਾ ਚਾਹੇ ਸੀਮੇਂਟਾ ਚਾਹੇ ਬਜਰੀਆ ਚਾਹੇ ਰੇਤਾ ਕੁਝ ਵੀ ਆ ਉਹ ਅਸੀਂ ਮੁਲਬਦ ਕਰਾਵਾਂਗੇ ਤਾਂ ਕਿ ਤੁਹਾਡਾ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਵਧੀਆ ਬਣਾਓਗੇ ਸੁੰਦਰ ਬਣਾਓਗੇ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਾ ਆਵੇ ਇਹ ਸਾਡਾ ਲਿਖਤੀ ਹੋਇਆ ਜੀ ਇਹਨਾਂ ਨੇ ਇਹਨਾਂ ਨੇ ਤੁਹਾਡੇ ਸੁਣਿਓ ਧਿਆਨ ਦੇ ਨਾਲ <thead> ਪੁਰਖਿਆਂ ਦਾ ਇਤਿਹਾਸ ਮਿਟਾ ਕੇ ਜਿੱਦਾਂ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਚਾਰੇ ਸਹਿਬ ਜਾਦਿਆਂ ਦਾ ਇਤਿਹਾਸ ਮਿਟਾ ਕੇ ਰੱਖ ਦਿੱਤਾ ਪੱਥਰ ਲਵਾਤੇ ਜਿੱਥੇ ਨੀਆਂ ਦੇ ਵਿੱਚ ਚਿਨੇ ਗਿਆ ਸੀ ਇਹਨਾਂ ਲੋਕਾਂ ਨੇ ਪੱਥਰ ਲਵਾਤੇ ਮਿਟਾਤੇ ਮਾਰਮਰ ਲਵਾਤੇ ਸੰਗ ਮਾਰਮਰ ਲਵਾਤਾ ਅੱਜ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਦਿਖਾਉਣਾ ਹੋਵੇ ਕੁਛ ਹੈ ਤੁਹਾਡੇ ਕੋਲ ਦੱਸਿਓ ਇਹਨਾਂ ਲੋਕਾਂ ਨੂੰ ਇਹ ਲੋਗ ਬ੍ਰਾਹਮਣ ਦੇ ਨਾਲ ਰਲੇ ਹੋਏ ਆ ਗੁੰਡਾਗਰਦੀ ਕਰਦੇ ਨੇ ਸ਼ਰਿਆਮ ਜਿੱਦਾਂ ਚਾਰ ਵਰਨ ਬਣਾ ਕੇ ਬ੍ਰਾਹਮਣ ਗੁੰਡਾਗਰਦੀ ਕਰਦਾ ਸੀ ਉਦੋਂ ਹੀ ਪੱਗਾ ਬੰਨ ਕੇ ਗੁਰੂ ਦੇ ਬਾਣੇ ਦੇ ਵਿੱਚ ਗੁਰੂ ਦੇ ਪੈਸ ਦੇ ਵਿੱਚ ਤੇਖੀ ਲੋਗ ਗੁੰਡਾਗਰਦੀ ਕਰਦੇ ਨੇ ਸੁਣੋ ਤੇ ਆਦੇ ਨਾਲ ਕੀ ਕਹਿੰਦੇ ਆ ਇਹ ਆਪ ਹੈ ਸਦਾ ਲੈਟਰ ਪੈ ਤੇ ਸਾਰੇ ਬੰਦਿਆਂ ਦੇ ਸਾਈਨ ਉਹ ਜਿਹੜੇ ਸਾਡੇ ਨਾਲ ਵਕਫਾ ਕੋਰਟਾਂ ਦੇ ਵਿੱਚ ਕੇਸ ਝਗੜੇ ਸੀਗੇ ਉਹਨਾਂ ਨੇ ਕੀਤੇਗਾ ਬੈਠ ਕੇ ਸ਼ੁਕਰਾਨਾ ਕੀਤਾ ਬਹੁਤ ਵਧੀਆ ਫੈਸਲਾ ਹੋਇਆ ਸਾਰਿਆਂ ਨੇ ਸਿੰਘ ਸਾਹਿਬ ਜੀ ਦਾ ਧੰਨਵਾਦ ਕੀਤਾ ਪ੍ਰਧਾਨ ਸਾਹਿਬ ਦਾ ਧੰਨਵਾਦ ਕੀਤਾ ਸਾਰੇ ਅਸੀਂ ਮੈਂਬਰ ਮਿਲ ਜੁਲ ਕੇ ਇਕੱਠੇ ਹੋਏ ਉਸ ਤੋਂ ਬਾਅਦ ਕਾਫੀ ਟਾਈਮ ਲੱਗ ਪਿਆ ਤਾਂ ਕਿ ਆਪਾਂ ਅਮਲ ਦੇ ਵਿੱਚ ਲਿਆਉਣਾ ਸੀਗਾ ਇਹ ਫੈਸਲਾ ਹਾਂ ਅਮਲ ਤੇ ਲਿਆਉਣਾ ਸੀ ਇਹਨਾਂ ਨੇ ਕਮੇਟੀ ਵੱਲੋਂ ਜੋ ਸਬ ਕਮੇਟੀ ਦਾ ਫੈਸਲਾ ਉੱਥੇ ਹੋਇਆ ਸੀਗਾ ਤਕਸ਼ੀਦ ਦਮਦਮ ਸਰ ਤੇ ਉਥੋਂ ਆਪਣੀ ਐਗਜ਼ੀਕਟਿਵ ਨੂੰ ਜਦੋਂ ਆਪੇ ਤਾਂ ਵੀ ਆ ਫੈਸਲਾ ਸਾਡਾ ਸਵੀਕਾਰ ਕੀਤਾ ਜਾਵੇ ਐਗਜ਼ੀਕਟਿਵ ਦੇ ਮਤਾ ਨੰਬਰ 176 27/2023 ਨੂੰ ਐਗਜ਼ੀਕਟਿਵ ਦੀ ਮੀਟਿੰਗ ਨੇ ਉਹ ਪ੍ਰਵਾਨ ਕੀਤਾ ਜੋ ਕਿ ਆ ਮਤੇ ਦੀ ਕਾਪੀ ਮੈਂ ਤੁਹਾਨੂੰ ਦੇਵਾਂਗਾ ਸੋ ਦੇਖ ਲਓ ਕਿੱਦਾਂ ਬੋਲੀ ਜਾਂਦਾ ਇਹਨੂੰ ਤੂਹਰਾ ਵੀ ਸ਼ਰਮ ਨਹੀਂ ਆਉਂਦੀ ਬਈ ਤੁਸੀਂ ਕੇਸ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਕੇਸ ਕੀਤਾ ਕਿਉਂ ਪਤਾ ਲੱਗੇ ਕੇਸ ਕੀਤਾ ਕਿਉਂ ਕਾਰਨ ਤਾਂ ਪਤਾ ਲੱਗੇ ਸਾਡੇ ਪੁਰਖਿਆਂ ਦੇ ਜਗਾ ਨਾ ਬੋਲਦੀ ਆ ਸਾਡੇ ਪੁਰਖਿਆਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਦੇ ਨਾਂ ਲਿਖੇ ਲਿਖੇ ਹੋਏ ਆ ਸਾਡੇ ਕੋਲ ਪ੍ਰੂਫ ਆ ਨਾਂ ਲਿਖੇ ਹੋਏ ਇੱਕ ਇੱਕ ਚੀਜ਼ ਕਿਹੜੇ ਬੰਦੇ ਨੇ ਕਿੰਨੇ ਪੈਸੇ ਦਿੱਤੇ ਕਿਹੜੇ ਬੰਦੇ ਨੇ ਕਿੰਨੇ ਪੈਸੇ ਦਿੱਤੇ ਤੁਸੀਂ ਕੇਸ ਕੀਤਾ ਕਿਉਂ ਨਾ ਤੇ ਤੁਹਾਡੀ ਕੀ ਔਕਾਤ ਕੇਸ ਕਰੋ ਤੁਸੀਂ ਨਾ ਤੇ ਤੁਸੀਂ ਹੁੰਦੇ ਕੌਣ ਆ ਕੇਸ ਕਰਨ ਵਾਲੇ ਬਿਸ਼ਰਮੋ ਜਿਹੜਾ 1200 ਕਰੋੜ ਦਾ ਬਜਟ ਹੁੰਦਾ ਇਹ ਸਤਿਗੁਰ ਅਰਬਦਾਸ ਮਹਾਰਾਜੀ ਸਤਿਗੁਰ ਕਬੀਰ ਜੀ ਸਤਿਗੁਰ ਨਾਨਕ ਜੀ ਸਤਿਗੁਰ ਸਾਈਂ ਜੀ ਗੁਰਮਾਰਗ ਸਾਹਿਬ ਸਤਿਗੁਰ ਬਾਲਮੀਕ ਮਹਾਰਾਜੀ ਗੁਰੂ ਕਬੈਸਾਂ ਦੇ ਨਾਮ ਤੇ ਆਉਂਦਾ ਤੁਸੀਂ ਕੱਲੇ ਖਾਂਦੇ ਹੋ ਬੇਸ਼ਰਮੋ ਬਾਕੀ ਅੱਜ ਤੱਕ ਤੁਸੀਂ ਗਰੀਬਾਂ ਦੇ ਬੱਚਿਆਂ ਨੂੰ ਕਦੀ ਪੁੱਛਿਆ ਤੁਸੀਂ ਕੇਸ ਕੀਤਾ ਕਿਉਂ ਇਹਨਾਂ ਨੂੰ ਸਵਾਲ ਪੁੱਛੋ ਸਾਹ ਸੰਗ ਜੀ ਸੁਣੋ ਕੀ ਕਹਦੇ ਅਗੇ ਇਹ ਤਾਂ ਸਾਡਾ ਜਿਹੜਾ ਫੈਸਲਾ ਹੋਇਆ ਸੀਗਾ ਇਹ ਆ ਦੇਖਣ ਵਾਲੀ ਗੱਲ ਇਹ ਆ ਜਿਹੜੇ ਬੰਦੇ ਸਾਡੇ ਨਾਲ ਵੱਖ-ਵੱਖ ਕੋਰਟਾਂ ਦੇ ਵਿੱਚ ਕੇਸ ਚੜੜਦੇ ਦੋ ਹੁਣ ਉਹਨਾਂ ਨੂੰ ਪਾਸੇ ਕੀਤਾ ਗਿਆ ਤੀਜੀ ਧਿਰ ਸ਼ਰਾਰਤੀ ਬੰਦੇ ਆ ਸੁਣਿਓ ਹੁਣ ਆਰਐਸਐਸ ਦੀ ਮਦਦ ਦੇ ਨਾਲ ਚਲਦੇ ਔਰ ਇੱਥੋਂ ਤੱਕ ਕੇ ਸਾਨੂੰ ਕੋਈ ਯਕੀਨ ਆ ਇਹ ਕਹਿੰਦਾ ਤੀਜੀ ਧਰ ਸੁਣਿਓ ਧਿਆਨ ਦੇ ਨਾਲ ਲੋਕੋ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੀ ਅਣਖ ਨੂੰ ਜਗਾ ਲਓ ਸੁਣ ਲਓ ਧਿਆਨ ਦੇ ਨਾਲ ਇਹ ਆਤਮ ਤੁਹਾਡੇ ਆਤਮ ਕਾਤੀ ਜਗਤਕਸਾਈ ਲੋਕ ਆ ਟੈਂਕਾ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਨਾਣਾ ਅਣਖਿਆ ਤਾਂ ਟੈਂਕਾ ਹੰਕਾਰ ਆ ਯਾਦ ਰੱਖ ਲਿਓ ਤਿੰਨੇ ਭਵਨਾਂ ਦੇ ਵਿੱਚੋਂ ਨਿਕਲਦੇ ਤਿੰਨ ਭਵਨ ਤੇ ਤਿੰਨ ਭਵਨ ਤੈਨ ਦੂਣੀ 6 ਹੰਕਾਰ ਨੂੰ ਟੈਕੇ ਨੇ ਹੰਕਾਰ ਟੈਕੇ ਨੂੰ ਟੈਕੇ ਨੂੰ ਨੱਥ ਨਾਣੇ ਨੇ ਪਾਈ ਆ ਇਹ ਹੰਕਾਰੀ ਲੋਗ ਜਦੋਂ ਹੁਣ ਇਹਨਾਂ ਦੇ ਮੋਹਰੇ ਸਾਹਮਣੇ ਖੜ ਗਏ ਆ ਜਿਹੜੇ ਵਿਚਾਰੇ ਸੈਨਸੂਨ ਕਰਨ ਵਾਲੇ ਸੀ ਉਹਨਾਂ ਨੂੰ ਧਮਕਾ ਕੇ ਤੁਸੀਂ ਇਹ ਹਿਸਾਬ ਲਾ ਲਓ ਕਬਜ਼ਾ ਕਰਨ ਵੇਲੇ ਕਬਜ਼ਾ ਕਰਨ ਵੇਲੇ ਗੁਰੂ ਅਸੀਂ ਕੌਣ ਆ ਉਹ ਕੌਣ ਆ ਸੀ ਤੁਹਾਡੇ ਪੁਰਖਿਆਂ ਦੀ ਬਾਣੀ ਆ ਸ਼ਰਮ ਕਰੋ ਕੋਈ ਸ਼ਰਮ ਗੁਰਨਾਨਕ ਦੇਵ ਉਸ ਬਾਣੀ ਦਾ ਆਪਣੀ ਪੂਰੀ ਜ਼ਿੰਦਗੀ ਲਾਤੀ ਤੈਨੂੰ ਸ਼ਰਮ ਨਹੀਂ ਆਉਂਦੀ ਗੁਰੂ ਗ੍ਰੰਥ ਸਾਹਿਬਾ 'ਚ ਥਾਥਾ ਲਿਖਿਆ ਹੋਇਆ ਜਦੋਂ ਆਰਤੀ ਕਰਦੇ ਹੁੰਦੇ ਆ ਗੁਰਨਾਨਕ ਦੀ ਜਦੋਂ ਆਰਤੀ ਪੜ੍ਹਦੇ ਆ ਗगन ਮੈਂ ਥਾਲ ਰਬ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਉਹਦੇ ਨਾਂ ਨੂੰ ਮਟਾਉਣ ਰਹਾ ਤੁਸੀਂ ਬਿਸ਼ਰਮ ਲੋਕ ਨਾ ਹੋਣ ਤਾਂ ਗगन ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਂ ਲਾ ਨੋ ਪਵਨ ਕਰੋ ਕਰੇ ਸਭ ਲੋਕ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਆ ਆਰਤੀ ਕਰਦੇ ਤੁਸੀਂ ਆਹ ਅਰਦਾਸਾ ਕਰਦੇ ਹੋ ਤੁਸੀਂ ਕਦੋਂ ਸ਼ਰਮ ਆਊਗੀ ਤੁਹਾਨੂੰ ਐਸੀ ਗੁਰੂਗ੍ਰਾਸ ਸਾਹਿਬ ਜੀ ਕਹਿੰਦੇ ਤੁਹਾਨੂੰ ਸੁਣੋ ਅੱਗੇ ਕੀ ਕਹਿੰਦਾ ਹੈ ਗੁਰੂ ਦੀ ਮੂਰਤੀ ਜਾਂ ਕਿਸੇ ਦੀ ਹੋਰ ਮੂਰਤੀ ਇਨਸਾਨ ਦੀ ਕਿਸੇ ਹੋਰ ਪ੍ਰਛ ਦੀ ਉੱਥੇ ਮੂਰਤੀ ਲਾਉਣਗੇ ਜਦੋਂ ਕਿ ਕੌਮ ਇਹ ਬਕਾਸ਼ਤ ਨਹੀਂ ਕਰੂਗੀ ਤਾਂ ਸਭ ਦੀ ਗੰਦ ਦੇ ਨਾਲ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਕੋਈ ਵੀ ਸੰਗਤ ਇਸ ਬੁਸ਼ਰਮ ਨੇ ਸੁਣ ਲੈ ਧਿਆਨ ਦੇ ਨਾਲ ਇਸ ਬੁਸ਼ਰਮ ਨੇ ਕੀ ਕਿਹਾ ਇਸ ਬੁਸ਼ਰਮ ਨੇ ਕਿਹਾ ਉੱਥੇ ਮੂਰਤੀ ਲਾਉਣਗੇ ਇਸ ਬਿਸ਼ਰਮ ਨੇ ਕਿਹਾ ਮੂਰਤੀ ਲਾਉਣਗੇ ਉਹ ਬਿਸ਼ਰਮਾ ਬਿਸ਼ਰਮਾ ਚਬੜਾ ਸੁਣ ਧਿਆਨ ਦੇ ਨਾਲ ਪਤਾ ਨਹੀਂ ਤੂੰ ਕੌਣਿਆ ਕੁੱਤਾ ਸਿਰੇ ਦਾ ਬਿਸ਼ਰਮਾ ਜਿਹੜੀ ਗੁਰਨਾਨਕ ਦੀ ਫੋਟੋ ਲੱਗੀ ਆ ਕੀ ਆਓ ਥਾਡਾ ਭੇੜਾ ਬਹਿ ਗਿਆ ਥਾਡਾ ਤੁਸੀਂ ਫੋਟੋਆਂ ਗੁਰਨਾਨਕ ਦੀਆਂ ਸੋਭਾ ਸੰਗ ਦੀ ਫੋਟੋ ਬਣਾਵਾ ਕੇ ਤੁਸੀਂ ਮਨਜ਼ੂਰ ਕਰਕੇ ਲਵਾ ਲਈ ਥਾਡਾ ਭੇੜਾ ਬਹਿ ਗਿਆ ਥਾਡਾ ਤੁਹਾਨੂੰ ਰਬਦਾਸ ਦੀ ਮੂਰਤੀ ਚ ਪ੍ਰੋਬਲਮ ਆਉਂਦੀ ਬਿਸ਼ਰਮੋ ਅਸੀਂ ਮੂਰਤੀ ਲਾਉਣ ਵਾਸਤੇ ਕਿਹੜੇ ਬੰਦੇ ਨੇ ਕਿਹਾ ਮੂਰਤੀ ਲਾਉਣੀ ਆ ਬਿਸ਼ਰਮ ਝੂਠ ਬੋਲਦੇ ਨੇ ਕੁੱਤੇ ਇਸ ਤਰ੍ਹਾਂ ਦੇ ਕੁੱਤੇ ਨੇ ਕੁੱਤੇ ਤੁਹਾਨੂੰ ਗੁਰਨਾਨ ਕਰੇ ਗਿਆ ਹੋਇਆ ਪਹਿਲਾ ਲੱਭ ਕੁੱਤਾ ਕੂੜਚੂੜਾ ਠਾਗ ਖਾਦਾ ਮਰਦਾਰ ਤੁਸੀਂ ਲਾਲਚ ਦੇ ਵਿੱਚ ਆ ਕੇ ਤੁਸੀਂ ਲਾਲਚ ਦੇ ਵਿੱਚ ਆ ਕੇ ਤੁਸੀਂ ਭੁੰਗਾ ਕਬਜ਼ੇ ਚ ਕਰਨ ਦੀ ਕੋਸ਼ਿਸ਼ ਕੀਤੀ ਔਰ ਗੁਰਵਦਾਸ ਮਹਾਰੇ ਦੀ ਜਿਹੜੇ ਜਿਹੜਾ ਇਤਿਹਾਸ ਆ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਤੁਹਾਡੇ ਨਾਲ ਇਹ ਹੋ ਰਿਹਾ ਔਰ ਅਜੇ ਹੋਣਾ ਆ ਸ਼ੁਰੂ ਹੋਇਆ ਲੋਕਾਂ ਨੇ ਤੁਹਾਡੇ ਛਤਰ ਮਾਨੇ ਤੁਹਾਡੇ ਮੱਦਸ ਦਿੰਦਾ ਸੁਣੋ ਅੱਗੇ ਕੀ ਕਹਿੰਦੇ ਆ ਜਿਹੜਾ ਕੋਈ ਹੋਣ ਕਰ ਰਹੇ ਆ ਉਹਦੇ ਤੁਹਾਡੇ ਨਾਲ ਸਮਝੌਤਾ ਹੋਇਆ ਉਹ ਤੋੜਾ ਸਾਡੇ ਨਾਲ ਜਿਨ੍ਹਾਂ ਨੇ ਦੁੱਖ ਦੀ ਗੱਲ ਇਹ ਆ ਕਿ ਜਿਨ੍ਹਾਂ ਨੇ ਸਾਡੇ ਨਾਲ ਸਮਝੌਤਾ ਕੀਤਾ ਉਹਨਾਂ ਨੂੰ ਪਾਸੇ ਕਰਕੇ ਤੀਜੀ ਤੇ ਜਿਹਦਾ ਲੱਲਾ ਖੱਖੇ ਹੀ ਹਰੀਸ ਕੇਸ ਨਾਲ ਅੱਜ ਤੱਕ ਗੁਰੂ ਸਗੁਰਦਵਾਰ ਸਾਹਿਬ ਚ ਵੀ ਨਹੀਂ ਆਇਓ ਉਹ ਬੰਦੇ ਇਸ ਬਿਸ਼ਰਮ ਨੂੰ ਪੁੱਛੋ ਇਸ ਬਿਸ਼ਰਮ ਨੂੰ ਪੁੱਛੋ ਬੇ ਬਿਸ਼ਰਮਾ ਤੈਨੂੰ ਲੱਲੇ ਦਾ ਖੱਖੇ ਦਾ ਪਤਾ ਤੈਨੂੰ ਪਤਾ ਲੱਲੇ ਦਾ ਖੱਖੇ ਦਾ ਬਿਸ਼ਰਮਾ ਕਹਿਰ ਅਬਦਾਸ ਖਲਾਸ ਚਮਾਰਾ ਖੱਖੇ ਦਾ ਪਤਾ ਤੈਨੂੰ ਤੂੰ ਖਲਾਸ ਹੈਗਾ ਬਿਸ਼ਰਮਾ ਤੋੜ ਗੁਰੂ ਗੁਰੂ ਦੀਆਂ ਗੋਲਕ ਤੋਂ ਰੋਟੀਆਂ ਤੋੜਨ ਡਿਆ ਗੁਰੂ ਦੀ ਗੋਲਕ ਤੋਂ ਤੇਲ ਪੋਣਾ ਬੇਸ਼ਰਮਾ ਲੀਡਰ ਤੂੰ ਬੜਿਆ ਹੋਇਆ ਕਦੀ ਤੂੰ ਗਰੀਬ ਦੀ ਬਾਤ ਨਹੀਂ ਪੁੱਛੀ ਤੈਨੂੰ ਕਹ ਦੱਸਦਾ ਸਾਨੂੰ ਖੱਖਾ ਦੱਸੂਗਾ ਬੇਸ਼ਰਮਾ ਤੈਨੂੰ ਪਤਾ ਖਾਣ ਤੋਂ ਲਹੂ ਬਣਦਾ ਤੂੰ ਦੱਸਦਾ ਤੈਨੂੰ ਲੱਲੇ ਤੇ ਖੱਖੇ ਦਾ ਨਹੀਂ ਪਤਾ ਤੈਨੂੰ ਪਤਾ ਲੱਲੇ ਦੇ ਖੱਖੇ ਦਾ ਤੈਨੂੰ ਪਤਾ ਖਾਣ ਦੇ ਨਾਲ ਲਹੂ ਬਣਦਾ ਜਿਹੜਾ ਤੇਰੇ ਅੰਦਰ ਬਲਹੂ ਵਰਦਾ ਬੇਈਮਾਨੀ ਤੋਂ ਬਣ ਰਿਆ ਤੂੰ ਸਾਨੂੰ ਦੱਸੂਗਾ ਲੱਲੇ ਦਾ ਲੱਲਾ ਦਾ ਖੱਖਾ ਆਓ ਬੈਠੋ ਜੇ ਤੁਹਾਡੇ ਜਿੰਮਤ ਹੈ ਜੀ ਤੁਹਾਨੂੰ ਦੱਸੂਗਾ ਮੈਂ ਲੱਲਾ ਦਾ ਖੱਖਾ ਕੀ ਹੁੰਦਾ ਤਿਆੜੀਆਂ ਮੈਂ ਨਸਾਰਾ ਬਨੀਆਂ ਗੁਰੂ ਸਾਹਿਬ ਦੀ ਬਾਣੀ ਨਾਲ ਬਾਹਰੋਂ ਤੁਹਾਡੇ ਬੰਦੂ ਵਿਦਾ ਚੋਂ ਮੈਂ ਇੱਕ ਹਸ ਨਹੀਂ ਕਰਨੇ ਮੈਂ ਅਰਥ ਕਰੂੰਗਾ ਵਿੱਚੋਂ ਤਾਂ ਤੁਹਾਡੀ ਮੈਂ ਸੁਣੋ ਅੱਗੇ ਪਹਿਲਾਂ ਕੀ ਕਹਿੰਦਾ ਹੁਣ ਮੇਰੇ ਕੋਲ ਫੋਨ ਨਿਕਲ ਜਾਣਾ ਬਿਸ਼ਰਮ ਨੇ ਥਰੇ ਥਰੇ ਦੇ ਲੋਕ ਝਗੜਾ ਕਰਨ ਲੱਗ ਗਏ ਆ ਸੋ ਇਸ ਕਰਕੇ ਬੜੀ ਦੁੱਖ ਦੀ ਗੱਲ ਹੈ ਇਹ ਕਿ ਵੀ ਤੀਜੀ ਤਰ ਜੇ ਅੱਜ ਅਸੀਂ ਉਹਦਾ ਤੀਜੀ ਤਰ ਦਾ ਫੈਸਲਾ ਕਰ ਲੈਣਾ ਕੱਲ ਨੂੰ ਚੌਥੀ ਤਰ ਘੜੀ ਹੋ ਜਾਊਗੀ ਫਿਰ ਅਸੀਂ ਕਿਹਦੇ ਕਿਹਦੇ ਨਾਲ ਨਹੀਂ ਤੁਸੀਂ ਤੁਸੀਂ ਇਹਨੂੰ 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 ਸਵਾਲ ਕਰੋ ਸਾਧ ਸੰਗ ਦੀ ਇੱਕ ਮਿੰਟ ਲਿਖੋ ਇਹਨੂੰ ਪੁੱਛੋ ਬਿਸ਼ਰਮਾ ਤੁਸੀਂ 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 ਕੇਸ ਕਰਨ ਵਾਲੇ ਹੁੰਦੇ ਕੌਣ ਆ ਤਿਆਨੂੰ ਕਨੇ ਆਰਡਰ ਦਿੱਤਾ ਕੇਸ ਕਰੋ ਤੁਸੀਂ ਤੁਸੀਂ ਉਹਨਾਂ ਦੇ ਕੇਸ ਕਰੋ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਜ਼ਮੀਨਾਂ ਲੈ ਕੇ ਦਿੱਤੀਆਂ ਤੈਨੂੰ ਚੱਕ ਲੈ ਕੇ ਕੇਸ ਕਰਦੇ ਫਿਰਦੇ ਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਜਾਤੀਵਾਦ ਦੀ ਰੰਗਤ ਜਿਹੜੀ ਹੈ ਇਸ ਵਿਮਸਲੇ ਨੂੰ ਦਿੱਤੀ ਗਈ ਹੈ ਕਿ ਕਿਹਾ ਜਾ ਰਿਹਾ ਹੈ ਕਿ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਤ ਵਿਸਕ ਕਰਾ ਜਿਹੜਾ ਵਾ ਉਹ ਨਹੀਂ ਮੰਨਿਆ ਜਾਂਦਾ ਲੋ ਜਾਤੀਵਾਦ ਵਾਲੀ ਗੱਲ ਨਾ ਮੈਂ ਸਰਕਾਰ ਜੋ ਪ੍ਰਧਾਨ ਸਭਾ ਨੂੰ ਬੇਨਤੀ ਕਰਾਂ ਕਿ ਇਹ ਸਪਸ਼ਟ ਕਰ ਦੇ ਹੁਣ ਧਿਆਨ ਕਰਿਓ ਧਿਆਨ ਕਰਿਓ ਸਾਧ ਸੰਗਤ ਜੀ ਇੱਥੇ ਦੇਖੋ ਕੀ ਕਰਨ ਲੱਗੇ ਹੁਣ ਗੇਮ ਕਿਹੜੀ ਖੇਡਣ ਲੱਗੇ ਐ ਸਵਾਲ ਕੀਤਾ ਕਿ ਜਾਤੀਵਾਦ ਔਰ ਮੈਂ ਬੜੇ ਤੂੰ ਵੀ ਮੰਨਣ ਵਾਲੀ ਗੱਲ ਕਹਿਣਾ ਕਿ ਜਦੋਂ ਤੂੰ ਸੂਮਨੀ ਕਮੇਟੀ ਹੋਂਦ ਦੇ ਵਿੱਚ ਆਈ ਐ ਜਾਂ 1999 ਦੇ ਵਿੱਚ 1999 ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਮਰਸਪੰਨ ਕਰਾਇਆ ਤਾਂ ਉਸ ਟਾਈਮ ਉਹਨਾਂ ਨੇ ਜਾਤਪਾਤ ਦਾ ਜਿਹੜਾ ਬੰਦ ਨਾ ਬਿਲਕੁਲ ਕੱਢ ਦਿੱਤਾ ਸੀ ਔਰ ਮੈਂ ਇਹ ਵਿਸ਼ਵਾਸ ਕਰਦਾ ਐ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਜਾਤ ਪਾਤ ਦੇ ਵਿੱਚ ਨਹੀਂ ਆਉਂਦੀ ਮੈਂ ਖੁਦ ਇੱਕ ਐਸਸੀ ਭਾਈਚਾਰੇ ਦਾ ਸੁਣ ਲਿਓ ਹੁਣ ਹੁਣ ਇਹਨੂੰ ਸੁਣਿਓ ਇਹ ਇਹਨੂੰ ਸੁਣਿਓ ਇਹ ਕਹਿੰਦਾ ਮੈਂ ਖੁਦ ਐਸਸੀ ਭਾਈਚਾਰੇ ਦੇ ਵਿੱਚੋਂ ਕੀ ਰੱਖਦਾ ਕਹਿੰਦਾ ਮੈਂ ਐਸਸੀ ਭਾਈਚਾਰੇ ਦੇ ਵਿੱਚੋਂ ਆ ਇਸ ਬੰਦਾੜਾ ਸੈਂਟਰ 'ਚ ਬੈਠਾ ਹੁਣ ਬੋਲਦਾ ਪਹਿਲਾਂ ਤਾਂ ਮੈਂ ਤੈਨੂੰ ਸਵਾਲ ਕਰਦਾ ਐਸਸੀ ਭਾਈਚਾਰੇ ਦੇ ਵਿੱਚੋਂ ਹੋਣ ਦਾ ਤੂੰ ਹੈ ਸੀ ਤੇਰੀਆਂ ਕਰਤੂਤਾ ਐਸੀਆਂ ਵਾਲੀਆਂ ਹੈਗੀਆਂ ਤੇਰੀਆਂ ਕਰਤੂਤਾ ਹੈਗੀਆਂ ਵੇ ਉੱਥੇ ਜਾ ਕੇ ਬੋਲ ਸਕੇ ਤੂੰ ਐਸੀਆਂ ਬਾਰੇ ਤੂੰ ਐਸੀਆਂ ਦੇ ਵਿੱਚ ਆ ਸਕੇ ਐਸੀਆਂ ਦੀ ਗੱਲ ਕਰ ਸਕੇ ਉੱਥੇ ਬਹਿ ਕੇ ਜੇ ਤੂੰ ਐਸੀ ਸੀ ਬੇਸ਼ਰਮਾ ਅੱਜ ਤੱਕ ਗੁਰੂ 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 ਗ੍ਰੰਥ ਸਾਹਿਬ ਜੀ ਦੇ ਵਿੱਚ ਕਬੀਰ ਜੀ ਆ ਨਾਮਦੇਵ ਜੀ ਆ ਸਦਨਾ ਜੀ ਆ ਸੈਨ ਜੀ ਆ ਸਤਿਗੁਰੂ ਬਾਲਮੀਕਵਾਰ ਜੀ ਆ ਸਤਿਗੁਰ ਧੰਨਾ ਜੀ ਆ ਬੇਸ਼ਰਮਾ ਜੇ ਤੂੰ ਐਸੀ ਸੀ ਤੈਨੂੰ ਰਬਦਾਸ ਦਾ ਚੇਤਾ ਨਹੀਂ ਆਇਆ ਬੇਸ਼ਰਮਾ ਡੁੱਬ ਕੇ ਨਹੀਂ ਮਰਿਆ ਤੂੰ ਤੂੰ ਐਸੀ ਕਹਦਾ ਤੂੰ ਤਾਂ ਇਹਨਾਂ ਦਾ ਸੀਰੀ ਬਣ ਗਿਆ ਤੂੰ ਐਸੀ ਦੱਸਦਾ ਆਪਣੇ ਆਪ ਨੂੰ ਚੱਕਿਆ ਐਸੀ ਦਾ ਪਤਾ ਨਹੀਂ ਕਿਹੜੀ ਕਾਸਟ ਹੋ ਤੂੰ ਸ਼ਰਮ ਕਰ ਕੋਈ ਜਦੋਂ ਜਦੋਂ ਬ੍ਰਾਹਮਣ ਐਂਦਾ ਕਰਦਾ ਸੀ ਨਾ ਤਾਂ ਬ੍ਰਾਹਮਣ ਵਾਂਗ ਕਈ ਖੱਤਰੀ ਨੂੰ ਲਾਗੇ ਕਰ ਦਿੰਦਾ ਸੀ ਦੇਖਿਆ ਮੈਂ ਜਨਊ ਪਾਇਆ ਖੱਤਰੀ ਨੇ ਵੀ ਪਾਇਆ ਠਾਡੀਆਂ ਠਾਡੀਆਂ ਕਰਤੂਤਾਂ ਅਸੀਂ ਸਾਰੀਆਂ ਸਮਝਦੇ ਆ ਸਮਝ ਲੱਗੀ ਫੇਰ ਮੈਂ ਕਹ ਰਿਹਾ ਠਾਡੀਆਂ ਕਰਤੂਤਾ ਅਸੀਂ ਸਾਰੀਆਂ ਸਮਝਦੇ ਆ ਤੂੰ ਐਸੀ ਆਪਣੇ ਆ ਨੂੰ ਦੱਸ ਰਿਹਾ ਐਂਦਾ ਹੀ ਜਦੋਂ ਨਾ ਜਦੋਂ ਕਰਦੇ ਸੀ ਤੇ ਭਾਈ ਸਾਹਿਬ ਬ੍ਰਾਹਮਣ ਨੂੰ ਪੁੱਛਦੇ ਸੀ ਬ੍ਰਾਹਮਣ ਕਹਿੰਦਾ ਖੱਤਰੀ ਨੇ ਲਾਗੇ ਕਰਦਾ ਦੇਖਿਆ ਖੱਤਰੀ ਜਨਊ ਕਿੱਦਾਂ ਪਾਇਆ ਉਹ ਲੋਕੀ ਚੁੱਪ ਕਰ ਜਾਂਦੀ ਆਹੋ ਯਾਰ ਖੱਤਰੀ ਦੇ ਵੀ ਹੈਗਾ ਬ੍ਰਾਹਮਣ ਕੱਲਾ ਥੋੜੀ ਆ ਹੁਣ ਖੱਤਰੀ ਨੂੰ ਕੀ ਕੰਨ ਰੱਖਿਆ ਸੀ ਆਪਣੀ ਸੇਵਾ ਕਰਨ ਵਾਸਤੇ ਸੇਵਾ ਕਿਦਾਂ ਵੀ ਸਾਨੂੰ ਕੋਈ ਮਾਰਨ ਆਊਗਾ ਤੁਸੀਂ ਮੋਰੇ ਹੋ ਕੇ ਲੜ ਕੇ ਮਾਰਨਾ ਜਦੋਂ ਕੋਈ ਜਾਣ ਕੇ ਕਹਿੰਦਾ ਬਹੀਰ ਕੱਢਣੀ ਆ ਫਿਰ ਸਾਰੇ ਚੂੜੇ ਚ ਮਾਰ ਨਾਲ ਹੁੰਦੇ ਆ ਤਾਂ ਉਹਦਾ ਇਹ ਬਿਸ਼ਰਮ ਜਿੱਦਾਂ ਬ੍ਰਾਹਮਣ ਬੈਠਾ ਸੀ ਉਹੀ ਕੰਮ ਇਹ ਕਰ ਰਿਹਾ ਉਸ ਤੋਂ ਬਾਅਦ ਜਦੋਂ ਫੇਰ ਪੁੱਛਦੇ ਸੀ ਵੀ ਇਹ ਤਾਂ ਤੇਰੇ ਨਾਲ ਰਹਿੰਦਾ ਆ ਵੀ ਤੂੰ ਇਹਨੂੰ ਤਾਂ ਸਾਰੀ ਪਾਸਾਈ ਸਾਰਾ ਤੇਰੀ ਰੱਖਿਆ ਕਰਦਾ ਉਹ ਕਹਿੰਦੇ ਲੈ ਆ ਬਹਿਸ਼ਵੀ ਤਾਂ ਹੈਗਾ ਹੀ ਆ ਆ ਬਹਿਸ਼ ਮੇਰੇ ਨਾਲ ਹੁੰਦਾ ਹਰ ਟਾਈਮ ਬਹਿਸ਼ ਮੈਨੂੰ ਟੱਚ ਵੀ ਕਰ ਸਕਦਾ ਪਾ শূਦਰਾ ਦੀ ਕੋ ਗੱਲ ਹੀ ਨਹੀਂ ਕਰਦਾ ਸੀ ਇਹ ਇਸ ਤਰ੍ਹਾਂ ਦੇ ਐਸੀ ਕਰਦਾ ਨਾ ਮੋਰੇ ਐਸ ਕਿੱਡੇ ਚਲਾ ਕੇ ਆ ਧਿਆਨ ਕਰਿਓ ਇਹ ਸਾਸੀ ਨੂੰ ਪੁੱਛੇ ਵੀ ਜਦੋਂ ਰਮਦਾਨ ਸਮਾਰਾ ਤੇ ਗੁਰੂ ਗੁਰਪਰ ਹੁੰਦਾ ਤੂੰ ਕਿੱਥੇ ਆ ਕਬੀਰ ਸਾਹਿਬ ਦਾ ਗੁਰਪਰ ਆਉਂਦਾ ਕਿੱਥੇ ਆ ਤੂੰ ਤੇਰੇ ਸਾਰੀ ਦੁਨੀਆ ਦੇ ਵਿੱਚ ਮਨਾਇ ਜਾਵੇ ਹਰਿਮੰਦਰ ਸਾਹਿਬ ਤੋਂ ਕਿ ਨਹੀਂ ਮਨਾਇ ਜਾਂਦਾ ਤੂੰ ਐਸੀ ਨਹੀਂ ਤੂੰ ਇਹਨਾਂ ਦਾ ਸਿਰੀ ਆ ਸੁਣ ਲੈ ਧਿਆਨ ਦੇ ਨਾਲ ਸਮਝ ਲੱਗੀ ਸੋਣਾ ਕੀ ਕਹਿੰਦਾ ਅੰਗੇ ਹਾਂ ਸਾਹਿਬ ਸਰਦਾਰ ਅਰਜਿੰਦਰ ਸਿੰਘ ਜੀ ਧਾਮੀ ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਤੋਂ ਦੋ ਨੰਬਰ ਤੇ ਮੈਂ ਬੈਠਾ ਹਾਂ ਔਰ ਅਗਰ ਏਦਾਂ ਦੀ ਕੋਈ ਜਾਤ ਪਾਤ ਵਾਲੀ ਗੱਲ ਹੁੰਦੀ ਤਾਂ ਸਾਨੂੰ ਕਦੇ ਵੀ ਕੋਈ ਇਨਸਾਨ ਨੇੜੇ ਨਹੀਂ ਸੀ ਲਾਉਂਦਾ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਜਾਤ ਪਾਤ ਵਾਲਾ ਬਿਲਕੁਲ ਜਿਹੜਾ ਵਕੀਮ ਹੈ ਇਸ ਬੰਦੇ ਨੂੰ ਪੁੱਛੋ ਇਸ ਬੰਦੇ ਨੂੰ ਬੇਸ਼ਰਮ ਨੂੰ ਪੁੱਛੋ ਵੀ ਜੇ ਇਸ ਵੇਲੇ ਜੇ ਇਸ ਵੇਲੇ ਜੇ ਇਸ ਵੇਲੇ ਸਿੱਖ ਵਿਰੋਧ ਕਰਦੇ ਆ ਜੇ ਇਸ ਵੇਲੇ ਸਿੱਖ ਵਿਰੋਧ ਕਰਦੇ ਸਵਿਧਾਨ ਦਾ ਉਹਦੇ ਵਿੱਚ ਐਸੀ ਲਿਖੇ ਹੋਏ ਆ ਉਸ ਵੇਲੇ ਤੂੰ ਕਿੱਥੇ ਹੋ ਮੈਂ ਸੀ ਕਿੱਥੇ ਆ ਤੂੰ ਅੱਗੇ ਸੁਣੋ ਕੀ ਕਹਿੰਦਾ ਬਿਲਕੁਲ ਜੀ ਸੋਮਨੀ ਕਮੇਟੀ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਇਨਸਾਨ ਜੋ ਇਨਸਾਨ ਅੰਮ੍ਰਿਤਪਾਨ ਕਰ ਕਰਕੇ ਕਰ ਚੁੱਕਾ ਹੈ ਔਰ ਉਹ ਕਦੇ ਵੀ ਜਾਤ ਪਾਤ ਦੇ ਮਦਦਲਾਂ ਦੇ ਵਿੱਚ ਨਹੀਂ ਪੈਂਦਾ ਹੁਣ ਜੇ ਮੈਂ ਤੁਹਾਨੂੰ ਗੱਲ ਕਰਾਂ ਮੈਂ ਪਹਿਲਾਂ ਆਪਣੇ ਬਾਰੇ ਦੱਸਿਆ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਹੈੱਡ ਗ੍ਰਾਂਥੀ ਸਾਹਿਬ ਨੇ ਸਰਦਾਰ ਜਗਤਾਰ ਸਿੰਘ ਜੀ ਹੁਣੇ ਕਹਿ ਕੇ ਹਟਿਆ ਕਹਿੰਦਾ ਵੀ ਜਿਹੜਾ ਬੰਦਾ ਅੰਮ੍ਰਿਤਪਾਨ ਕਰ ਲੈਂਦਾ ਆ ਜਿਹੜਾ ਬੰਦਾ ਅੰਮ੍ਰਿਤਮਾਨ ਕਰ ਲੈਂਦਾ ਆ ਉਹ ਕਦੀ ਯਾਤਪਾਤ ਨੂੰ ਨਹੀਂ ਮੰਨਦਾ ਫੇਰ ਬਸ਼ਰਮਾ ਆਪਣੀ ਯਾਦ ਕਾਹਨੂੰ ਦੱਸਦਾ ਹੁਣ ਹੁਣੇ ਤੂੰ ਦੱਸ ਕਾ ਟਾਈਮ ਐਸੀ ਆ ਕਹਿਆ ਤਾ ਮੈਂ ਜਰਨਲ ਆ ਕਹਿਆ ਜਰਾ ਮੈਂ ਜਰਨਲ ਆ ਲਿਖਾਅ ਪੜਿਆ ਉਹਨੂੰ ਜਰਨਲ ਤੇਰੇ ਜੁੱਤੀਆਂ ਮਾਰ ਮਾਰੇ ਮਾਰ ਬੋਲਾ ਨਾ ਕਰਦਾ ਤੇ ਆਡੇ ਤੇਰੇ ਜਰਨਲਾਂ ਨੇ ਜਿਹੜੇ ਤੇਰੇ ਨਾਂ ਰਹਿੰਦੇ ਆ ਸਾਨੂੰ ਪਤਾ ਆ ਇਹ ਕੌਣ ਆ ਤੈਨੂੰ ਕਾਹਤੋਂ ਰੱਖਿਆ ਆ ਅਸੀਂ ਬੱਚੇ ਨਹੀਂ ਹੈਗੇ ਆ ਜਿਹੜੀਆਂ ਨਾ ਤੁਸੀਂ ਹੁਣ ਸਪਾਈਆਂ ਦਿੰਦੇ ਆ ਇਹ ਚੱਲਣੀਆਂ ਨਹੀਂ ਹੈਗੀਆਂ ਸੁਣੋ ਕੀ ਕਹਿੰਦਾ ਅੱਗੇ ਹੈੱਡ ਗ੍ਰਾਂਥੀ ਨੇ ਉੱਥੇ ਉਹ ਵੀ ਇੱਕ ਐਸ.ਪੀ. ਚਰਨ ਨਾਲ ਸੰਬੰਧ ਰੱਖਦੀ ਨੇ ਐਡੀਸ਼ਨਲ ਗ੍ਰਾਂਥੀ ਨੇ ਗੁਰਜੰਤ ਸਿੰਘ ਜੀ ਨੌਰਮਲ ਆ ਨੌਰਮਲ ਆ ਗ੍ਰਾਂਥੀ ਗ੍ਰਾਂਥੀ ਪੂਜਾ ਪਾਠ ਕਰਨ ਨੂੰ ਉਹਦਾ ਸਵਾਦ ਪੈਸਾ ਕੌਣ ਖਾਂਦਾ ਗੁਰਕ ਤੇ ਕੌਣ ਆ ਗੁਰਕ ਕਿਹਦੇ ਕੋਲ ਆ ਆ ਦੇਖੋ ਹੁਣੇ ਗੁਰਕ ਕਿਹਦੇ ਕੋਲ ਸੁਣੇ ਤੇ ਆਂਦੇ ਰਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਸਟੋਰ ਕੀਪਰ ਨੇ ਉਹ ਸੁਖਵਿੰਦਰ ਸਿੰਘ ਜੀ ਉਹ ਵੀ ਐਸ.ਪੀ. ਚਰਨ ਨਾਲ ਮੈਂ ਕਿੰਨੇ ਅਖਦਾ ਨਾਂ ਲਵਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਭਰਾ ਨੇ ਐਸੀ ਸ੍ਰੋਣੀ ਕਮੇਟੀ ਦੇ ਵਿੱਚ ਸਰਵਿਸ ਵੀ ਕਰਦੇ ਨੇ ਉੱਚੇ ਅਹੁਦਿਆਂ ਤੇ ਵੀ ਬੈਠੇ ਨੇ ਪਰ ਇਹ ਜਿਹੜਾ ਬਵਾਦ ਹੈ ਇਹ ਜਾਣਬੁੱਝ ਕੇ ਜਾਤ ਨੂੰ ਉਸ਼ਾਣ ਲਈ ਕੀਤਾ ਜਾ ਰਿਹਾ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਉਸ਼ਾਣ ਦੇ ਨੇ ਇਹੋ ਜਿਹੇ ਮਸਲੇ ਨੂੰ ਮੈਂ ਬਿਲਕੁਲ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਾਤ ਪਾਤ ਦਾ ਬਿਲਕੁਲ ਇਹ ਇਸ ਇਹਦੇ ਤਰੀਕੇ ਦੀ ਗੱਲ ਨਾ ਕਰਨ ਜਿਹੜੀ ਉਹਨਾਂ ਦੀ ਕਾਨੂੰਨੀ ਐਸਾ 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 ਕਰਮ ਦੱਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੀ ਸਾਰੀ ਸ੍ਰੋਣੀ ਪੰਦਰ ਕਮੇਟੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਨੂੰ ਜਵਾਬ ਦਿਓ ਕਿਉਂਕਿ ਮੈਂ ਵੀ ਤਾਂ ਮੈਂ ਤੁਹਾਡੇ ਵਰਗਾ ਬੇਲੜ ਸਿੱਖ ਨਹੀਂ ਆਗਾ ਸੁਣ ਲਓ ਧਿਆਨ ਦੇ ਨਾਲ ਤੁਹਾਡੇ ਵਰਗਾ ਬੇਲੜ ਸਿੱਖ ਨਹੀਂ ਮੈਂ ਗੁਰੂ ਸਾਹਿਬ ਦੀ ਬਾਣੀ ਨੂੰ ਪੜਦਾ ਆ ਮੈਨੂੰ ਜੋ ਪਤਾ ਲੱਗਦਾ ਉਹਦੇ ਵਿੱਚੋਂ ਮੈਂ ਸ਼ਰਿਆਮ ਬੋਲਦਾ ਮੈਂ ਤੁਹਾਡੇ ਵਾਂਗੂ ਨੀਤੀਆਂ ਘੜ ਕੇ ਨਹੀਂ ਬੋਲਦਾ ਨਾ ਮੈਨੂੰ ਜਰੂਰਤ ਹੈ ਮੇਰਾ ਗੁਰੂ ਸਿੱਧਾ ਬੋਲਦਾ ਮੇਰਾ ਗੁਰੂ ਪੂਰਾ ਆ ਤੁਹਾਡੇ ਵਰਗੇ ਆ ਅੰਨਿਆ ਗੁਰੂ ਜਿਹੜੇ ਜਿਨ੍ਹਾਂ ਨੂੰ ਸਮਝ ਵੀ ਆਏ ਗੁਰੂ ਦੀ ਗੁਰੂ ਜਿਨ੍ਹਾਂ ਦਾ ਅੰਦਲਾ ਜਿਨ੍ਹਾਂ ਦਾ ਗੁਰੂ ਅੰਨਾ ਗੁਰੂ ਜਿਨ੍ਹਾਂ ਦਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇਣ ਉਹ ਭਾਣੇ ਚੱਲਣ ਆਪੋ ਆਪਣੇ ਝੂਠੋ ਝੂਠ ਬੋਲਣ ਤੁਸੀਂ মিডিਆ ਦੇ ਉੱਤੇ ਬਹਿ ਕੇ ਜਿੰਨੇ ਵੀ ਬੋਲ ਰਹੇ ਆ ਝੂਠ ਬੋਲ ਰਹੇ ਆ ਜਿੱਦਣ ਅਸੀਂ ਜਿਹੜੀ ਪ੍ਰੂਫਾਂ ਨਾਲ ਤੁਸੀਂ ਗੱਲ ਕਰਦੇ ਨਾ ਜਿੱਦਣ ਅਸੀਂ ਪ੍ਰੂਫ ਰੱਖਣੇ ਆ ਜਿਹੜਾ ਸਾਡੇ ਲੋਕਾਂ ਨੂੰ ਤਮਕਾ ਕੇ ਰਿਕਾਰਡਿੰਗਾਂ ਪਈਆਂ ਤੁਹਾਡੀਆਂ ਫਿਰ ਮੈਂ ਕਹਿ ਰਿਹਾ ਬੰਦੇ ਬਣ ਜਾਓ ਬੰਦੇ ਤੁਸੀਂ ਜਾਣ ਕੇ ਇਹ ਜਿਹੜਾ ਤੁਸੀਂ ਅੰਦਰ ਗੱਡੀ ਸਾਨੂੰ ਟਾਰਗੇਟ ਕਰਦੇ ਸੀ ਜਿਹੜਾ ਤੁਸੀਂ ਮੈਨੂੰ ਇੱਕ ਆਲਾ ਜਵਾਬ ਦੇ ਇਹਨਾਂ ਨੂੰ ਪੁੱਛੋ ਲੋਕਾਂ ਨੂੰ ਇਹ ਜਿਹੜੇ ਗੱਲਾਂ ਕਰਦੇ ਆ ਵੀ ਐਸੀ ਆ ਮੈਂ ਉਹ ਕਿਈ ਕਹੀ ਜਾਂਦਾ ਫਲਾਤਾ ਅਮੀ ਸਾ ਮੈਂ ਐਸੀ ਫਲਾਣਾ ਐਸੀ ਤੁਹਾਨੂੰ ਕਦੀ ਤੁਹਾਡੇ ਪੁਰਖਿਆਂ ਦਾ ਚੇਤਾ ਨਹੀਂ ਆਉਂਦਾ ਅੱਜ ਦਾ ਜੱਟ ਨੂੰ ਸਤਗੁਰ ਧੰਨਾ ਜੀ ਦਾ ਚੇਤਾ ਨਹੀਂ ਆਉਂਦਾ ਇਹ ਵਿਦ ਸੁਣ ਕੇ ਜੱਟੜੋ ਠ ਭਗਤੀ ਲਾਗਾ ਮਲੇ ਪਰਤਕ ਗੁਸਾਈਆਂ ਧੰਨਾ ਵੱਡ ਭਾਗਾ ਜੱਟ ਤੋਂ ਜੱਟੜੋ ਬਣ ਗਿਆ ਜੱਟੜੋ ਉਹਦੇ ਪਿੱਛੇ ਜੱਟ ਦੇ ਪਿੱਛੇ ਰਾਰਾ ਲਾਤਾ ਆਤਮਾ ਹੋੜਾ ਲਾਤਾ ਜੋਤ ਜੱਕ ਵੀ ਸਤਗੁਰ ਧੰਨਾ ਜੀ ਦੇ ਮਾਰ ਦੇ ਅੰਦਰ ਇਹ ਗੁਰਮਖੀ ਭਾਸ਼ਾ ਆਇਆ ਆ ਜਿਹੜਾ ਤੂੰ ਦੱਸਦਾ ਨਾ ਨਾ ਇਹਨਾਂ ਨੂੰ ਖਖੇ ਦਾ ਪਤਾ ਨਾ ਲੱਲੇ ਦਾ ਪਤਾ ਉਹ ਬੇਸ਼ਰਮਾ ਸੁਣ ਧਿਆਨ ਦੇ ਨਾਲ ਸਾਨੂੰ ਖਖੇ ਦਾ ਵੀ ਪਤਾ ਸਾਨੂੰ ਲੱਲੇ ਦਾ ਵੀ ਪਤਾ ਅਸੀਂ ਕਿਰਤ ਕਰਤੀ ਕਰ ਦਿਖਾ ਕੇ ਕਰਕੇ ਖਾਣ ਵਾਲੇ ਲੋਗਿਆਂ ਮੰਗਤੇ ਨਹੀਂ ਹੈਗੇ ਜੇ ਅਸੀਂ ਮੰਗਤੇ ਹੁੰਦੇ ਤੁਹਾਡਾ ਪਰਾ 50 ਲੱਖੇ ਕਦੋਂ ਲੈਣਾ ਸੀ ਤੁਸੀਂ 50 ਲੱਖ ਲਾਨ ਕੀਤਾ ਸੀ ਅਸੀਂ ਬੇਗੰਪੁਰਾ ਏਡ ਆਪਣੇ ਕਿਰਤ ਦੇ ਪੈਸੇ ਨਾਲ ਚਲਾ ਰਹੇ ਹਾਂ ਸਾਰੇ ਸੰਸਾਰ ਚੋਂ ਲੋਕ ਜੁੜੇ ਹੋਏ ਆ ਅਸੀਂ 51 ਲੱਖ ਤਿਆਨੁਦਾਨ ਕੀਤਾ ਸੀ 51 ਲੱਖ ਕਿਹਾ ਆਓ ਲਓ ਸਾਡੇ ਕੋਲ 51 ਲੱਖ ਤੁਸੀਂ ਸਾਡਾ ਸਾਡੇ ਲੋਕਾਂ ਦਾ ਪੈਸਾ ਸਾਡੇ ਲੋਕਾਂ ਦੀ ਜੇਬੀ ਚੋਂ দান ਕੀਤਾ ਹੋਇਆ ਤੁਸੀਂ ਸਾਨੂੰ ਦਸੂਗੇ ਐਨੇ ਲੱਖ ਲੈ ਲਓ ਬਸ ਸ਼ਰਮ ਨਾ ਹੋਣ ਤਾਂ ਆਪਣੇ ਅਹੁਦੇ ਦੀ ਇੱਜ਼ਤ ਕਰੋ ਸਾਥ ਸੰਗਤ ਜੀ ਇਹਨਾਂ ਨੂੰ ਇਹਨਾਂ ਨੂੰ ਕਮੈਂਟ ਲਿਖੋ ਇਹਨੇ ਇਹਨਾਂ ਨੂੰ ਪੁੱਛੋ ਕਿ ਅੱਜ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਜਾਤ ਪਾਤ ਨੂੰ ਇੱਕ ਪਾਸੇ ਰੱਖ ਕੇ ਉਹ ਬੈਠ ਕੇ ਗੱਲ ਕਰਨ ਤਾਂ ਕਿ ਜਿਹੜੇ ਉਹਨਾਂ ਦੇ ਮਸਲੇ ਉਹ ਹੱਲ ਕੀਤੇ ਜਾਣ ਇਦਾਂ ਜਾਤ ਪਾਤ ਦਾ ਉਛਾਲ ਨਗੇ ਤਾਂ ਉਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੀ ਕਰੂਗੇ ਇਹਨਾਂ ਨੂੰ ਪੁੱਛੋ ਸਾਥ ਸਾਹਿਆਂ ਨੂੰ ਕਮੈਂਟ ਕਰੋ ਇਹਨੂੰ ਕੀ ਕਰੂਗੇ ਤੁਸੀਂ ਕੀ ਕਰਾ ਤੁਸੀਂ ਨਹੀਂ ਚਲਾ ਜਾਓਗੇ ਕੀ ਕਰੂਗੇ ਤੁਸੀਂ ਦੱਸੋ ਮੈਨੂੰ ਕੀ ਕਰੂਗੇ ਮਾਰੂਗੇ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਕੌਣ ਨਾਲੇ ਅਸੀਂ ਨਾਲ ਕੌਣ ਸੀ ਕੌਣ ਸੀ ਜਿਹੜੇ ਗਰੀਬਾਂ ਤੇ ਜ਼ੁਲਮ ਕਰਦਾ ਚਾਰ ਬਰਨ ਬਣਾ ਕੇ ਕੌਣ ਜ਼ੁਲਮ ਕਰਦਾ ਸੀ ਜਾਤਾਂ ਦੇ ਨਾਮ ਤੇ ਕਿੰਨੇ ਵੱਡੇ ਹੋਇਆ ਸੀ ਉਹੀ ਕੰਮ ਤੁਸੀਂ ਕਰ ਰਹੇ ਹੋ ਤੁਸੀਂ ਦੱਸਦੇ ਫਿਰ ਐਦਾਂ ਕੀ ਕਰੋਗੇ ਤੁਸੀਂ ਦੱਸੋ ਮੈਨੂੰ ਮਾਰੂਗੇ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਅੱਗੇ ਤੁਸੀਂ ਮਾਰੇ ਹੋਏ ਆ ਅੱਗੇ ਤਾਂ ਪਹਿਲਾਂ ਗਰੀਬੀ ਤੇ ਮਰੇ ਹੋਏ ਆ ਦੂਜਾ ਤੁਸੀਂ ਉੱਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਆ ਸੁਣੋ ਤੇ ਆਦੇ ਨਾਲ ਕੀ ਕਹਿੰਦਾ ਅੱਗੇ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਜਾਇਦਾਦ ਆ ਜੀ ਨਾ ਇਹ ਮੇਰੀ ਆ ਨਾ ਇਹ ਪ੍ਰਧਾਨ ਸਾਹਿਬ ਦੀ ਆ ਨਾ ਕੋਈ ਇਸ ਤੋਂ ਪਹਿਲਾਂ ਵਾਲੇ ਪ੍ਰਧਾਨ ਜੋ ਰਹਿ ਚੁੱਕੇ ਨੇ ਉਹਨਾਂ ਨੇ ਕਿਤੇ ਆਪਦੀ ਪ੍ਰਾਈਵੇਟ ਵਰਤੀ ਹੈ ਇਹ ਇਹ ਪੰਥ ਦੀ ਜਾਇਦਾਦ ਆ ਬਿਲਕੁਲ ਔਰ ਪੰਥ ਦੀ ਜੋ ਗੁਰੂਕਰਨ ਦਾ ਪ੍ਰਬੰਧ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਪੁੱਛੋ ਇਸ ਬਿਸ਼ਰਮ ਨੂੰ ਪੁੱਛੋ ਕਿਹੜੇ ਪੰਥ ਦੀ ਗੱਲ ਕਰਦਾ ਤੂੰ ਕਿਹੜੇ ਪੰਥ ਦੀ ਗੁਰੂ ਗ੍ਰੰਥ ਸਾਹਿਬ ਦੇ ਪੰਥ ਦੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਪੰਥ ਦੀ ਗੱਲ ਕਰਦਾ ਜਿਹੜਾ ਬ੍ਰਾਹਮਣ ਦਾ ਪੰਥ ਹੈ ਉਹਦੀ ਗੱਲ ਕਰਦਾ ਇਹਨੂੰ ਪੁੱਛੋ ਇਹਨੂੰ ਗੁਰੂ ਦਾ ਪੰਥ ਅੰਦਰ ਹਰਦਾ ਪੰਥ ਆ ਉਸ ਹਰਦੇ ਪੰਥ ਨੂੰ ਪੜ ਕੇ ਸਮਝ ਕੇ ਫਿਰ ਅਸੀਂ ਅਮਰਤ ਛਕਣਾ ਉਸ ਤੋਂ ਬਾਅਦ ਖਾਲਸਾ ਪੰਥ ਵੜਨਾ ਕਿਹੜੇ ਪੰਥ ਦੀ ਗੱਲ ਕਰਦਾ ਰਬਦਾਸ ਮਹਾਰਾਜ ਦੇ ਨਾਮ ਤੇ ਹਰਦਾ ਪੰਥ ਚੱਲ ਰਿਹਾ ਤੂੰ ਦੱਸਦਾ ਪੰਥ ਦੀ ਜਗ੍ਹਾ ਸਾਰੀ ਸੁਣ ਲੈ ਧਿਆਨ ਦੇ ਨਾਲ ਪੂਰਾ ਸਿਸਟਮ ਮੈਂ ਨਹੀਂ ਲਿਖਿਆ ਹੋਇਆ ਅੰਦਰ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਇਆ ਗੁਰੂ ਅਰਜਨ ਦੇਵ ਜੀ ਨੇ ਗੋਬਿੰਦ ਗੋਬਿੰਦ ਭੈਓ ਮਨ ਲੀਣਾ ਆਠਦਮ ਕੋ ਸ਼ੀਪਰੋ ਹੋਇਓ ਲਖੀਣਾ ਬੰਨਣਾ ਤੋਨਾ ਤੇ ਆਕੇ ਪ੍ਰੀਤ ਚਨ ਕਬੀਰਾ ਨੀਚ ਕੁਲਾ ਜਰਾ ਹਲੋ ਭਇਆ ਗੁਣੀ ਗਹਿਰਾ ਰਬਦਾਸ ਟਵਾਂਤਾ ਟੋੜਨੀ ਤਿਆਗੀ ਮਾਇਆ ਪ੍ਰਗਟ ਹੂਆ ਪਾਰ ਬ੍ਰਹਮ ਹਰ ਦਰਸ਼ਨ ਪਾਇਆ ਪੂਰੀ ਜਗਾ ਪੂਰਾ ਪੰਥ ਚਮਾਰਾਂ ਦਾ ਆ ਜਿਹੜੇ ਜਾਤ ਤੋਂ ਉੱਪਰ ਉੱਠ ਚੁੱਕੇ ਨੇ ਪੂਰੇ ਬਾਡੀ ਸਾਡੀ ਚਮੜੇ ਦੀ ਆ ਜਿਹੜਾ ਇਸ ਚਮੜੇ ਦੇ ਵਿੱਚ ਆਪਣੀ ਆਤਮਾ ਨੂੰ ਜਿੰਦਾ ਰੱਖਦਾ ਉਹਦਾ ਆ ਪੰਥ ਠਾਡਾ ਨਹੀਂ ਹੈਗਾ ਬੇਲੜਾਂ ਦਾ ਗੁੰਡਾਗਰਦੀ ਕਰਨ ਵਾਲਿਆਂ ਦਾ ਨਹੀਂ ਪੰਥ ਸੁਣ ਲੈ ਤੇ ਆਂਦੇ ਨਾਲ ਸ਼ਾਇਦ ਤੈਨੂੰ ਇਸ ਚੀਜ਼ ਦਾ ਦੁੱਖ ਲੱਗਦਾ ਹੋਵੇ ਹੁਣ ਜਦੋਂ ਸੁਣੀਆਂ ਤੋਂ ਕਿਉਂਕਿ ਸੁਣੀਆਂ ਨਹੀਂ ਜਾਣੀਆਂ ਸੁਣੀ ਨਾ ਸਾਡੇ ਜਾਏ ਸੱਚ ਕੀ ਗਾਥਾ ਅਸਾਂ ਹੀ ਗਰਮੀ ਬਹੁਤ ਹੋ ਗਈ ਆ ਮੈਂ ਆ ਸੁਣਨ ਲੋ ਥੋੜੀ ਜਿ ਰਹਿੰਦੀ ਆ ਸੁਣ ਲੋ ਕੀ ਕਹਿੰਦਾ ਐ ਅਸੀਂ ਨਹੀਂ ਚਾਹੁੰਦੇ ਕਿ ਇੰਨੀਆਂ ਕੋਰਟਾਂ ਦੇ ਵਿੱਚੋਂ ਕੇਸ ਜਤਨ ਦੇ باوجود ਵੀ ਕੋਈ ਹੋਰ ਦਖਲਅੰਦਾਜ਼ੀ ਕਰਿਆ ਕੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਅਸੀਂ ਦੁਆਰੇ ਵੀ ਟੇਬਲ ਤੇ ਬੈਠਣ ਨੂੰ ਤਿਆਰ ਆ ਜਿਹੜੀ ਤੀਜੀ ਧਿਰ ਆ ਗਈ ਆ ਵੈਸੇ ਸਾਡਾ ਹੱਕ ਹੀ ਨਹੀਂ ਬਣਦਾ ਕਿਉਂਕਿ ਸਾਡੇ ਨਾਲ ਕਿਤੇ ਵੀ ਕਿਸੇ ਕੋਰਟ ਦੇ ਵਿੱਚ ਉਹ ਨਹੀਂ ਲੜੇ ਪਰ ਫੇਰ ਵੀ ਜੇ ਆ ਗਏ ਇੱਕ ਵੱਡਾ ਦਲ ਕਰਕੇ ਅਸੀਂ ਕਹਿ ਰਹੇ ਆ ਕਿ ਅਸੀਂ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਨਾਲ ਵੀ ਗੱਲ ਕਰ ਬੰਦਾ ਤੀਜਾ ਤੀਜੀ ਤਿਰ ਬਣ ਕੇ ਆ ਗਈ ਓ ਸੁਣ ਧਿਆਨ ਨਾਲ ਬੇਸ਼ਰਮਾ ਧਿਆਨ ਨਾਲ ਸੁਣ ਤੀਜੀ ਤਿਰ ਕੌਣ ਨੇ ਆ ਤੀਜੀ ਤਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾ ਸੱਚ ਦੱਸਣ ਵਾਲੀ ਆ ਧਿਆਨ ਨਾਲ ਸੁਣ ਲਾ ਤੂੰ ਇਹਨਾਂ ਨੂੰ ਨਾ ਲੱਖਾਂ ਚ ਨਾ ਕਰੋੜਾਂ ਚ ਨਾ ਅਰਬਾਂ ਚ ਤੇਰੀ ਯੋਤਨੀ ਖਰੀਦ ਸਕੇ ਜਿੱਦਾਂ ਗੁਰੂ ਕੌਣ ਸੀ ਗੁਰੂ ਆਪਣੇ ਪੰਜਵੇਂ ਪਾਤਸ਼ਾਹ ਜਿਹਨੂੰ ਬ੍ਰਾਹਮਣ ਨੇ ਖਰੀਦਾਂ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦਾ ਨਾ 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 ਇਦਾਂ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਆਪਣੀ ਜਾਨ ਗੋਣੀ ਪਈ ਇਹ ਉਹ ਲੋ ਗਿਆ ਤੀਜੀ ਤਰ ਤੈਨੂੰ ਪਤਾ ਆ ਦੋ ਭਵਨ ਅੱਖਾਂ ਤੇ ਕੰਨ ਤੀਜੀ ਭਵਨ ਜਿਹੜਾ ਤੂੰ ਆਪਣੇ ਦਿਮਾਗ ਦੇ ਵਿੱਚ ਨਾ ਫਲੂਦਾ ਬਣਾ ਕੇ ਬੈਠਾ ਹੋਇਆ ਕਿ ਤੂੰ ਗਿਆਨੀ ਆ ਤੀਜੀ ਤਰ ਤੇਰੇ ਕੰਨਾਂ ਦੇ ਵਿੱਚੋਂ ਸੇਕ ਨਾ ਕੱਢਿਆ ਤੇਰੀਆਂ ਅੱਖਾਂ ਦੇ ਵਿੱਚ ਮੋਨੁਕਤਾ ਦਾ ਮੋਨੁਕਤਾ ਦੀ ਦਾਤ ਨਾ ਪਾਈ ਤਾਂ ਮੈਨੂੰ ਵੀ ਗੁਰਾਜ ਕਾਲ ਛੂਦਰ ਨਾ ਕਵੀ ਤੂੰ ਸੁਣ ਲੈ ਧਿਆਨ ਦੇ ਨਾਲ ਤੀਜੀ ਤਰ ਤੀਜੀ ਤਰ ਦਿਮਾਗ ਆ ਇਹਨੂੰ ਇੱਥੇ ਆ ਤੀਜੀ ਤਰ ਟਾਡੇ ਵਰਗੇ ਗੁੰਡਿਆਂ ਦੇ ਪੈਰਾਂ 'ਚ ਨਹੀਂ ਸੁਣ ਲੈ ਧਿਆਨ ਦੇ ਨਾਲ ਸੁਣ ਅੱਗੇ ਕੀ ਕਹਿੰਦਾ ਕਹਿੰਦਾ ਅਸੀਂ ਹੁਣ ਅੱਗੇ ਸੁਣਿਓ ਕੀ ਕਹਿੰਦਾ ਔਕਾ ਦਿੱਤਾ ਜਾਵੇ ਤਾਂ ਕਿ ਅਸੀਂ ਉਹਨਾਂ ਦੇ ਪੱਖ ਤੋਂ ਲੱਗੇ ਪੱਖ ਸੁਣ ਕੇ ਜੋ ਫੈਸਲਾ ਅੱਗੇ ਹੋਊਗਾ ਅਸੀਂ ਕਰਨ ਦਾ ਉਹ ਬਚਣ ਕਰਾਂਗੇ ਲਓ ਜੀ ਸਮਝ ਆ ਗਿਆ ਜੀ ਇਹ ਇਨਾ 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 ਗੁੰਡਿਆਂ ਦੀ ਔਕਾਤ ਆ ਕਿੱਦਾਂ ਲਾਗੇ ਲਿਆ ਮੈਂ ਅਸੀਂ ਅਸੀਂ ਬੱਚੇ ਨਹੀਂ ਹਾਂ ਜੇ ਨਾ ਅਸੀਂ ਅਸੀਂ ਬੱਚੇ ਆ ਜਿਹੜਾ ਮੁੱਖ ਕਾਰਜ ਆ ਗੁਰੂ ਜੀ ਕੀ ਫਤ ਸਤਸੰਗਤ ਜੀ ਮੈਂ ਬਿੰਦੋ ਜੀ ਇਜਾਜ਼ਤ ਹੁਣ ਗਰਮੀ ਬਹੁਤ ਹੋ ਗਈ ਵਿੱਚ ਵੀਡੀਓ ਬੋਲਦਿਆਂ ਯਾਦ ਰੱਖਿਓ ਮੈਂ ਫਿਰ ਹੱਥ ਛੋੜ ਕੇ ਬੇਨਤੀ ਕਰਦਾ ਜਿੰਨੇ ਵੀ ਸਤਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਸਤਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਣਿਓ ਧਿਆਨ ਦੇ ਨਾਲ ਸਤਗੁਰੂ ਅਰਬਦਾਸ ਮਹਾਰਾਜ ਜੀ ਬੈਠੇ ਨੇ ਸਤਗੁਰੂ ਕਬੀਰ ਜੀ ਬੈਠੇ ਨੇ ਸਤਗੁਰੂ ਨਾਮਦੇਵ ਜੀ ਬੈਠੇ ਨੇ ਸਤਗੁਰੂ ਸਦਨਾ ਜੀ ਬੈਠੇ ਨੇ ਸਤਗੁਰੂ ਸਹਿਨ ਜੀ ਬੈਠੇ ਨੇ ਸਤਗੁਰੂ ਰਾਮਾਨਾ ਜੀ ਬੈਠੇ ਨੇ ਬ੍ਰਾਹਮਣ ਠੀਕ ਹੈ ਜੀ ਝੁਲਾਹਾ ਬੈਠਾਇਆ 나ਈ ਬੈਠਾਇਆ ਮੁਸਲਮਾਨ ਬੈਠਾਇਆ ਠੀਕ ਆ ਬ੍ਰਾਹਮਣ ਬੈਠਾ ਹੋਇਆ ਖੱਤਰੀ ਬੈਠਾ ਆ ਯਾਰ ਹੈ ਨਾ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਠੇਕਾ ਕੀਤਾ ਆ ਮਾਲਕ ਦੇ ਨਹੀਂ ਆ ਐਸੀ ਆ ਜੀ ਉਹ ਉਹ ਗੱਲ ਸੁਣੋ ਧਿਆਨ ਦੇ ਨਾਲ ਜਿਹੜੇ ਕੁੱਤੇ ਹੁੰਦੇ ਨੇ ਕੁੱਤੇ ਕੁੱਤਾ ਆਪਣੇ ਮਾਲਕ ਦੇ ਹੱਕ ਵਿੱਚ ਭੌਂਕਦਾ ਤੁਸੀਂ ਇਹਨਾਂ ਐਸੀਆਂ ਜਿਹੜੇ ਐਸੀ ਤੁਹਾਡੇ ਨਾਲ ਰਲੇ ਹੋਏ ਹਨ ਇਹਨਾਂ ਐਸੀਆਂ ਨੂੰ ਤੁਸੀਂ ਬੁਰਕੀ ਪਾਉਂਦੇ ਹੋ ਪਰ ਅਸੀਂ ਥਾਡੀ ਬੁਰਕੀ ਚੁੱਤੀ ਦਾ ਨਹੀਂ ਮਾਰਦੇ ਅਸੀਂ ਉਹ ਐਸੀ ਆ ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਜਾਣਦੇ ਆ ਕਿਰਤ ਆਪਣੇ ਹੱਥਾਂ ਨਾਲ ਕਰਦੇ ਆ ਤੇ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਆ ਬਾਣੀ ਨੂੰ ਸੁਣਦੇ ਆ ਅਸੀਂ ਥਾਡੇ ਵਾਂਗੂ ਬਾਹਰੋਂ ਗ੍ਰੰਥ ਨਹੀਂ ਲਿਖਦੇ ਥਾਡੇ ਵਰਗੇ ਲੋਕਾਂ ਨੇ ਜਿਹੜੇ ਬਾਹਰੋਂ ਗ੍ਰੰਥ ਲਿਖ ਕੇ ਕਦੀ ਕੋਈ ਲਿਆਂਦਾ ਕਦੀ ਲੋਏ ਅਸੀਂ ਆਪਣੇ ਸਿਰਫ ਦਸ਼ਮੇਸ਼ ਪਿਤਾ ਦੀ ਗੱਲ ਮੰਨਿਆ ਮੰਨਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਸੀਂ ਦੂਜੇ ਗ੍ਰੰਥ ਨੂੰ ਕਿਸੇ ਨੂੰ ਨਹੀਂ ਮੰਨਦੇ ਨਾ ਸੀ ਮਰਨਾ ਆਪਣੀ ਆਪਣੇ ਗੁਰੂਆਂ ਦੀ ਬਾਣੀ ਰੱਖਦੇ ਆ ਦੂਜੇ ਦੀ ਅਸੀਂ ਕਿਸੇ ਦੀ ਬਾਣੀ ਨੂੰ ਮੰਦੇ ਨਹੀਂ ਕਿ ਨਾ ਮੰਨਣਾ ਅਸੀਂ ਅਸੀਂ ਤੁਹਾਡੇ ਵਰਗੇ ਨਹੀਂ ਹੈਗੇ ਜਿੱਦਾਂ ਬ੍ਰਾਹਮਣ ਨੇ ਤੁਹਾਨੂੰ ਕੁੱਤੇ ਰੱਖਿਆ ਹੋਇਆ ਤੇ ਤੁਸੀਂ ਅੱਗੇ ਐਸੀ ਕੁੱਤੇ ਰੱਖੇ ਹੋਏ ਆ ਇਹ ਕੁਛ ਕੁੱਤੇ ਨੇ ਜਿਹੜੇ ਤੁਹਾਡੇ ਕੋਲ ਆ ਆ ਨਵੇਂ ਕੁੱਤੇ ਵੀ ਬਾਣ ਨੂੰ ਬਹੁਤ ਤਿਆਰ ਆ ਹਾਂ ਧੰਨਵਾਦ ਜੀ ਤੁਹਾਡਾ ਸਾਰਾ ਜਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਧਿਆਰ ਰੱਖਿਓ ਜੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਬਰਤ ਬਰਤ ਸ਼ਾਂਜੀ ਕਰਿਓ ਕਿਉਂਕਿ ਉਹਨਾਂ ਦੇ ਬਹੁਤ ਵੱਡੇ ਚੈਨਲ ਨੇ ਸਾਡੇ ਕੋਲ ਸਿਰਫ ਵਾਲੀ ਲਿਖਣ ਦੀ ਲੋੜ ਕਿਉਂ ਪਈ ਇੱਕੋ ਹੀ ਆ ਛੋਟਾ ਜਿਹਾ ਹਨਾ ਕਹਿੰਦੇ ਨੇ ਇੱਕ ਇੱਕ ਤਣਕਾ ਨਹੀਂ ਹੁੰਦਾ ਤਣਕਾ ਗਿਆ ਹੁੰਦਾ ਉਹ ਵੀ ਖਲ੍ਹਾ ਕੇ ਰਾਖਾ ਖਤਮ ਦਾ ਯੇਰ ਦੇ ਵਿੱਚ ਮੜਾ ਜਾਂ ਮਰਤ ਪਾ ਦਿਓ ਪੂਰੀ ਯੇਰ ਮਰਤ ਬਣ ਜਾਂਦੀ ਆ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਜਗੁਰਦੇਵਾ ਖਸਾਫਾ ਫਤਿਹ